ਦਾਨਾ ਬਿਨਾ ਛਾਈ ਮੰਡ ਨਾਨਕ ਸਾਹਿਬ ਨ ਜਾਣਾ ਤੇਰੀ ਤੂੰ ਕਾਹੇ ਢੋਲ ਪ੍ਰਾਣੀਆਂ ਦੁੱਧ ਰੱਖੇਗਾ ਸਿਰ ਜਾਣਾਰ ਕਾਹੇ ਢੋਲ ਆਏ
ਸਾਰੇ ਸਾਰੀਆਂ ਬੀਬੀਆਂ ਗੱਜ ਕੇ ਮੇਹਰ ਵਾ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਾਹਿਬ ਕਮਾਲ ਰਾਜਾਨ ਰਾਜ ਭਾਣਾਨ ਭਾਣ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਜੀਵਨ ਵਾਹਿਗੁਰੂ ਵੱਲੋਂ ਮਿਲਿਆ ਬੜਾ ਅਮੋਲਕ ਹੈ ਔਰ ਇਹ ਅਮੋਲਕ ਜੀਵਨ ਜਦੋਂ ਗੁਰੂ ਸੰਗਤ ਵਿੱਚ ਆ ਕੇ ਆਪਾਂ ਸਤਿਗੁਰ ਦੇ ਸਨਮੁੱਖ ਬੈਠ ਕੇ ਆਨੰਦ ਮਾਣਦੇ ਹਾਂ, ਇਹ ਹੋਰ ਵੀ ਕੀਮਤੀ ਹੋ ਜਾਂਦਾ ਹੈ। ਇਹ ਘੜੀ ਦੀ ਤਾਂ ਕੋਈ ਕੀਮਤ ਹੀ ਨਹੀਂ ਹੈ ਸਾਧ ਸੰਗਤ। ਕਬੀਰ ਏਕ ਘੜੀ ਆਦਿ, ਘੜੀ ਆਦਿ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਭ। ਤੁਲਸੀ ਜੀ ਲਿਖਦੇ ਹਨ, ਸੁੱਤ ਦਾਰਾ ਲੱਛਮੀ ਪਾਪੀ ਕੇ ਪਿਹੋਏ, ਸੁੱਤ ਪੁੱਤਰ ਦਾਰਾ ਇਸਤਰੀ ਲੱਛਮੀ ਮਾਇਆ, ਪਾਪੀਆਂ ਦੇ ਵੀ ਹਨ ਇਹ। ਪਰ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਇਹ ਦੋ ਚੀਜ਼ਾਂ ਦੁਰਲਭ ਹਨ, ਸੰਤ ਸਮਾਗਮ ਅਤੇ ਹਰੀ ਦੀ ਕਥਾ ਰੱਬ ਦੀ ਗੱਲ। ਇਹ ਵੀ ਕਿਤੇ ਕਿਤੇ ਹੁੰਦੀ ਹੈ ਸਾਧ ਸੰਗਤ ਨਹੀਂ, ਕਈ ਦਫ਼ਾ ਸੰਗਤ ਇਕੱਠੀ ਕਰਕੇ ਲੋਕ ਹੋਰ ਹੀ ਗੱਪਾਂ ਚੱਪਾਂ ਮਾਰ ਕੇ ਸਮਾਂ ਬਤੀਤ ਕਰਦੇ ਹਨ, ਗੁਰਮਤਿ ਤੋਂ ਦੂਰ ਦੀਆਂ ਗੱਲਾਂ ਕਰ ਕਰਾ ਕੇ ਗੁੰਮਰਾਹ ਕਰਕੇ ਲੋਕਾਂ ਨੂੰ ਵੀ, ਪ੍ਰੇਮੀਆਂ ਨੂੰ ਵੀ, ਵਿਚਾਰਿਆਂ ਨੂੰ ਵੀ ਭੰਬਲ ਭੂਸਿਆਂ 'ਚ ਪਾ ਕੇ ਤੁਰ ਜਾਂਦੇ ਹਨ, ਅਤੇ ਉਹ ਵੀ ਸੰਗਤ ਹੈ। ਪਰ ਸੰਗਤ ਹੈ ਸਤਸੰਗਤ ਕੈਸੀ ਜਾਣੀ ਹੈ, ਕਿਹੋ ਜਿਹੀ ਹੁੰਦੀ ਹੈ ਜੀ ਸੰਗਤ?
ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਦੀ ਗੱਲ ਹੋਵੇ, ਨਾਮੀ ਪਰਮੇਸ਼ਰ ਦੀ ਗੱਲ ਹੋਵੇ, ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਗੱਲ ਹੋਵੇ। ਜਿੱਥੇ ਸਾਧੂਆਂ ਦੀ ਨਿੰਦਿਆ ਹੁੰਦੀ ਹੈ, ਉਹਨੂੰ ਸਤਸੰਗ ਕਹਾਂਗੇ? ਸਤਸੰਗ ਤੋਂ ਸੰਤ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਭਰੈ। ਮਹਾਰਾਜ ਜੀ ਕਹਿੰਦੇ ਜ਼ਰੂਰ ਪਰ ਜ਼ਰੂਰ ਉਹ ਨਰਕਾਂ ਵਿੱਚ ਹੀ ਜਾਏਗਾ, ਉਹ ਤਰ ਨਹੀਂ ਸਕਦਾ। ਅਤੇ ਇਸ ਕਰਕੇ ਇੱਕੋ ਨਾਮ ਦੀ ਗੱਲ, ਨਾਮੀ ਦੀ ਗੱਲ, ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਗੱਲ, ਚੌਥੀ ਗੱਲ ਨਹੀਂ। ਇਹਨੂੰ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਨਕ ਕਹਿ ਕਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਤਾਂ ਕੇਵਲ ਨਾਮ ਦੀ ਗੱਲ ਹੈ ਨਾ। ਅਵਰ ਕਰਤੂਤ ਸਗਲੀ ਜਮ ਡਾਨ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਚਨ, ਹੋਰ ਜਿੰਨੇ ਵੀ ਕਰਮ ਤਰ੍ਹਾਂ ਹਨ ਸਭ ਦੁਆਤ 'ਤੇ ਜਮ ਡੰਡ ਲਾਏਗਾ, ਜਮਾਂ ਦੇ ਡੰਡਿਆਂ ਤੋਂ ਬਚ ਨਹੀਂ ਸਕੇਗਾ। ਅਵਰ ਕਰਤੂਤ ਸਗਲੀ ਜਮ ਡਾਨ ਹੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਬਸ ਨਾਮ ਤੋਂ ਬਿਨਾਂ, ਗੋਬਿੰਦ ਦੇ ਭਜਨ ਤੋਂ ਬਿਨਾਂ ਇੱਕ ਤਿਲ ਵੀ ਗੱਲ ਨਹੀਂ ਸੁਣਨੀ ਤੇਰੀ ਉਹਨੇ। ਤੇ ਇਸ ਕਰਕੇ ਨਾਨਕ ਹੈ ਕਰ ਕੇਵਲ ਨਾਮ, ਮਨੁੱਖਾਂ ਦੇ ਮਿਲੀਏ ਬਖਸ਼ਾਂ ਹੋਈਆਂ ਨੇ, ਵਾਹਿਗੁਰੂ ਨੇ ਕਿਰਪਾ ਕੀਤੀ ਤੁਮਰੀ ਕਿਰਪਾ ਤੇ ਮਾਨਖ ਦੇ ਪਾਈ ਹੈ। ਜਿਹੋ ਦਰਸਰ ਰਾਇਆ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ, ਅਰੋਗ ਦੇ ਮਿਲੀਏ ਤਦੇ ਗੁਰੂ ਚਰਨਾਂ ਵਿੱਚ ਬੈਠੇ ਹਾਂ। ਜਿਨ੍ਹਾਂ ਦੀ ਅਰੋਗ ਦੇਹੀ ਨਹੀਂ, ਉਹ ਤਾਂ ਵਿਚਾਰੇ ਹਸਪਤਾਲਾਂ 'ਚ ਤੜਫਦੇ ਨੇ, ਜ਼ਿੰਦਗੀ ਦੇ ਮੌਤ ਦਾ ਘੋਲ ਹੋ ਰਿਹਾ। ਪਰ ਅਰੋਗ ਦੇ ਤਾਂ ਹੀ ਮੰਨੀਏ ਜਦੋਂ ਗੁਰੂ ਚਰਨਾਂ ਵਿੱਚ ਬੈਠੇ ਹਾਂ ਆਪਾਂ। ਪਰ ਅਸਲੀ ਅਰੋਗ ਕੰਚਨ ਦੇਹੀ ਕਾਹਦੇ ਵਾਸਤੇ ਮਿਲੀ ਹੈ? ਲਿਵ ਲਾਓ ਤਿਸ ਰਾਮ ਸੁਨੇਹੀ, ਨਾਮ ਸੁਨੇਹੀ ਵਾਹਿਗੁਰੂ ਨਾਲ ਲਿਵ ਲਾਓ, ਗੁਰ ਸ਼ਬਦ ਨਾਲ ਲਿਵ ਲਾਓ, ਗੁਰ ਸ਼ਬਦ ਦੇ ਸਿਧਾਂਤ ਨੂੰ ਸਮਝੋ, ਬਾਣੀ ਦੇ ਆਧਾਰ ਨੂੰ ਲੈ ਕੇ, ਬਾਣੀ ਦਾ ਆਧਾਰ ਬਣਾ ਕੇ ਬਾਣੀ ਨੂੰ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਨੂੰ ਆਧਾਰ ਜਾਂ ਨਾਮ ਨੂੰ ਆਧਾਰ ਗੱਲ ਹੀ ਕੋਈ ਹੈ। ਗ੍ਰੰਥ ਸਾਹਿਬ ਵਿੱਚ ਮਹਾਰਾਜ ਦਾ ਇਹ ਵਚਨ ਹੈ, ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ, ਨਾਮ ਮੇਰਾ ਸਾਰੇ ਨਾਮ
ਬਤੀਤ ਕਰਨਾ ਹੈ ਤਾਂ ਇਹ ਬੜੀ ਮੁਸ਼ਕਿਲ ਗੱਲ ਸਾਧ ਸਕਦ, ਕਿਉਂਕਿ ਆਧਾਰ ਤਾਂ ਅਸੀਂ ਮਾਇਆ ਨੂੰ ਬਣਾਇਆ, ਆਧਾਰ ਤਾਂ ਅਸੀਂ ਮਿੱਤਰਾਂ ਦੋਸਤਾਂ ਨੂੰ ਬਣਾਇਆ ਹੈ, ਆਸਰਾ ਤਾਂ ਅਸੀਂ ਸੰਬੰਧੀਆਂ ਦਾ ਰੱਖਿਆ, ਪਰ ਜੇ ਨਾਮ ਦਾ ਆਸਰਾ ਹੋ ਜਾਵੇ ਫਿਰ ਜੀਵਨ ਕੁਛ ਹੋਰ ਤਰ੍ਹਾਂ ਦਾ ਹੋਵੇਗਾ। ਉਹ ਹੈ ਭਗਤਾਂ ਦੀ ਗੱਲ, ਫਿਰ ਭਗਤਾਂ ਕੀ ਚਾਲ ਨਿਰਾਲੀ, ਦੁਨੀਆ ਤੋਂ ਨਿਰਾਲੀ ਚਾਲ ਹੋ ਜਾਏਗੀ ਫਿਰ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਵਿਖਮ ਰਸਤਾ ਹੈ ਉਹ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਮਾਰਗ 'ਤੇ ਤੁਰਨਾ ਖੰਡੇ ਦੀ ਧਾਰ ਦੇ ਉੱਪਰ ਤੁਰਨ ਦੇ ਬਰਾਬਰ ਹੈ, ਸੌਖਾ ਨਹੀਂ ਸਾਧ ਸੰਗਤ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰਸਿੱਖੀ ਵਾਰੀਕ ਹੈ ਖੰਡੇ ਧਾਰ ਗਲੀਆ ਤੂੰ ਭੀੜੀ, ਬਰੀਕ ਹੈ ਖੇਡ। ਕਬੀਰ ਸਾਹਿਬ ਜੀ ਦਾ ਇਹ ਵਚਨ ਹੈ ਨਾ, ਮੁਕਤ ਦੁਆਰਾ ਸੰਕਰਾ, ਸੰਕਰਾ ਕਹਿੰਦੇ ਬਹੁਤ ਭੀੜਾ ਰਸਤਾ ਹੈ, ਕਿੰਨਾ ਕੁ ਰਾਈ ਦਸਵੇਂ ਭਾਏ, ਰਾਈ ਦਾ ਵੀ ਦਸਵਾਂ ਹਿੱਸਾ, ਪਰ ਮੈਂ ਮਨ ਤੋਂ ਮੈਂਗਲ ਹੋਏ ਰਹੇ। ਮੈਂਗਲ ਕਹਿੰਦੇ ਨੇ ਹਾਥੀ ਨੂੰ, ਮਨ ਤਾਂ ਹੁਣ ਹਾਥੀ ਬਣਿਆ ਹੈ, ਨਿਕਸਿਓ ਕਿਉਂ ਕਰ ਜਾਏ, ਉਹ ਇੰਨੇ ਬਰੀਕ ਰਸਤੇ ਵਿੱਚ ਹੀ ਕਿਵੇਂ ਨਿਕਲੇਗਾ, ਅਤੇ ਸਮਝ ਨਹੀਂ ਪਵੇਗੀ ਗੁਰੂ ਦੀ ਗੱਲ। ਜਿਹੜਾ ਹਾਥੀ ਬਣਨਾ ਹੈ ਅਹੰਕਾਰ, ਹਰਜੂ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਅਹੰਕਾਰ ਮੂਹੇ ਤਿਸੇ ਵਿਗਤੀ ਗਏ, ਹੰਕਾਰੀ ਬੰਦਾ ਹਾਥੀ ਵਾਂਗੂ ਹੈ ਪਰ ਇੱਕ ਕੀੜੀ ਵਾਂਗੂ ਨੀਵਾਂ ਹੋ ਗਿਆ। ਨਿੱਕੀ ਕੀੜੀ ਮੈਕਲ ਰੱਖ ਹੈ, ਨਿੱਕੀ ਕੀੜੀ ਇੱਕ ਨਿੱਕੀ ਜਿਹੀ ਕੀੜੀ ਹੁੰਦੀ ਹੈ, ਆਪਣੇ ਆਪ ਨੂੰ ਨਾ ਨਿੱਕ ਕੀੜੇ, ਕੀੜਿਆਂ ਤੋਂ ਵੀ ਕੀੜੇ, ਬਹੁਤੇ ਬਰੀਕ ਕਿਰਮ ਜਿਵੇਂ ਕਿਰਮ ਹੁੰਦੇ ਹਨ, ਇੰਨਾ ਬਰੀਕ ਹੋ ਜਾਣਾ ਮਨ ਨੇ, ਯਾਨੀ ਆਪਣੀ ਹਸਤੀ ਮਿਟਾ ਹੀ ਦੇਣੀ, ਫਿਰ ਸਾਧ ਸੰਗਤ ਕੁਛ ਮੁੱਲ ਪ੍ਰਾਪਤੀ ਹੋਵੇਗੀ। ਜਦੋਂ ਇਹ ਜੀਵ ਦਾ ਜਨਮ ਹੋਇਆ, ਆਹ ਸਰੀਰ ਦਾ ਆਪਣੇ ਦਾ ਜਨਮ ਹੋਇਆ,
ਜਨਮ ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜ ਜੀ ਖਿੱਚਦੇ ਹਨ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਧ ਸਾਧ ਸਿਮਰੰਤ ਨਾਨਕ ਮਹਾਂ ਅਗਰਨਾਭ ਨਾਥਨ ਮੁੱਖ ਤਲੇ ਪੈਰ ਉੱਪਰੇ ਵਸੰਦੋ ਪਹੜੇ ਥਾਏ। ਮੁੱਖ ਥੱਲੇ ਨੂੰ ਸੀ, ਪੈਰ ਉੱਪਰ ਨੂੰ ਸੀ, ਕਿਹੋ ਜਿਹੇ ਥਾਂ ਵਿੱਚ ਰਹਿੰਦਾ ਸੀ? ਕਹਿੰਦੇ ਗੰਦਗੀ ਦਾ ਸਿਰਹਾਣਾ ਲੱਗਿਆ ਸੀ। ਸਾਰਿਆਂ ਦੀ ਗੱਲ ਹੈ ਇਹ, ਇੱਕ ਦੀ ਗੱਲ ਨਹੀਂ ਹੈ, ਆਪਣੀ ਸਭ ਦੀ ਗੱਲ ਹੈ, ਕਹਾਣੀ ਸਭ ਦੀ ਹੈ। ਗੰਦਗੀ ਦਾ ਸਿਰਹਾਣਾ ਲੱਗਿਆ ਸੀ, ਮਾਤਾ ਦਾ ਖਾਧਾ ਪੀਤਾ ਉੱਪਰ ਦੀ ਲੰਘਦਾ ਸੀ, ਕੋਥੜੇ ਥਾਏ ਵਸੰਦੋ ਕੋਥੜੇ ਥਾਏ, ਇਹੋ ਜਿਹੇ ਭੈੜੀ ਹੀ ਜਗ੍ਹਾ ਦੇ ਵਿੱਚ ਤੇਰਾ ਵਾਸ ਸੀ। ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਤੈ ਨਾਏ। ਉਦੋਂ ਪੁੱਠਾ ਲੰਕਦਾ ਮਾਨੋ ਤਪ ਕਰਦਾ ਸੀ, ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਤਮ ਤੇਤੀ ਅਰਦਾਸ। ਅਰਦਾਸਾਂ ਕੀ ਸਨ? ਬਸ ਹੈ ਇੱਕ ਗੱਲ ਸੋਚਣ ਵਾਲੀ ਹੈ, ਮਹਾਰਾਜ ਜੀ ਦੱਸ ਗਏ, ਸੰਤ ਮਹਾਰਾਜ ਜੀ ਬਚਨ ਇਹ ਸਮਝਾਇਆ ਕਰਦੇ, ਸੰਤ ਮਹਾਰਾਜ ਰਾੜਾ ਸਾਹਿਬ ਵਾਲੇ, ਧੰਨ ਧੰਨ ਬਾਬਾ ਇੱਜ਼ਤ ਸਿੰਘ ਮਹਾਰਾਜ ਜੀ, ਵੀ ਇਹ ਅਰਦਾਸਾਂ ਕੀ ਸਨ ਇਹਦੀਆਂ? ਅਰਦਾਸਾਂ ਸਨ ਗੁਪਤ ਰੂਪ ਵਿੱਚ, ਕੋਈ ਅੱਖਰਾਂ ਨਾਲ ਅਰਦਾਸ ਨਹੀਂ ਸੀ ਹੋ ਰਹੀ, ਇੱਕ ਮਨੋਮਈ ਅਰਦਾਸ ਹੁੰਦੀ ਹੈ ਸਾਧ ਸੰਗਤ, ਜਿਹੜੀ ਨੂੰ ਗੁਰੂ ਪਰਮੇਸ਼ਰ ਜਾਣਦਾ ਹੈ, ਬਿਨ ਬੋਲਿਆ ਸਭ ਕੁਛ ਜਾਣਦਾ। ਉਹ ਅਰਦਾਸ ਨੂੰ ਕੇਵਲ ਪਰਮੇਸ਼ਰ ਜਾਣਦਾ ਹੈ। ਇਹਦੀ ਅਰਦਾਸ ਇਹ ਸੀ ਵੀ ਮਹਾਰਾਜ ਜੀ ਕਿਰਪਾ ਕਰੋ, ਜਿਵ ਨਾਮ ਜਪੂੰਗਾ ਦਾਤਾ ਤੇਰਾ, ਇੱਥੋਂ ਮੈਨੂੰ ਕੱਢ ਲੈ ਗੁਰਾ, ਨਾਮ ਜਪੂੰਗਾ ਤੇਰਾ, ਇੱਥੋਂ ਮੈਨੂੰ ਕੱਢ ਲੈ। We'll be right back.
ਸਭ ਦੀਆਂ ਅਰਦਾਸਾਂ ਵਾਹਿਗੁਰੂ ਦੇ ਚਰਨਾਂ ਵਿੱਚ ਸਨ। ਆਪਾਂ ਨੇ ਸਾਰਿਆਂ ਨੇ ਉਦੋਂ ਕੀਤੀਆਂ ਨੇ ਅਰਦਾਸਾਂ, ਹੁਣ ਜ਼ਰੂਰ ਉਹ ਸਮਾਂ ਭੁੱਲ ਗਿਆ, ਸਿਮਰਤੀ ਨਹੀਂ ਰਹੀ ਅਤੇ ਅਰਦਾਸ ਕੀਤੀ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ। ਵਾਹਿਗੁਰੂ ਕਹਿੰਦਾ, ਐ ਜੀਵ ਦੁੱਖ ਲਾਗਾ ਤਾਂ ਰਾਮ ਪੁਕਾਰਾ, ਇਹ ਦੁੱਖ ਵਿੱਚ ਮੈਨੂੰ ਸਾਰੇ ਯਾਦ ਕਰਦੇ ਨੇ। ਪਰ ਜਦੋਂ ਦੁੱਖ ਦੀ ਘੜੀ ਲੰਘ ਜਾਂਦੀ ਹੈ ਫਿਰ ਭੁੱਲ ਜਾਂਦੇ ਹਨ, ਅਤੇ ਹੁਣ ਤੂੰ ਕਹਿ ਰਿਹਾ ਫਿਰ ਮੈਂ ਭੁੱਲ ਜਾਣਾ, ਚਲੋ ਤੇਰੀ ਅਰਦਾਸ ਸੁਣ ਲਈ ਮੈਂ, ਔਰ ਤੈਨੂੰ ਮੈਂ ਕੁਛ ਰਸਤਾ ਦਿਖਾਉਣਾ। ਐ ਮਾਤਾ ਦੇ ਉਦਰ ਤੋਂ ਬਾਅਦ ਤੈਨੂੰ ਜਨਮ ਮਿਲੇਗਾ, ਜਦੋਂ ਜਨਮ ਮਿਲਿਆ ਤੈਨੂੰ ਜਨਮ ਤੋਂ ਬਾਅਦ ਤੂੰ ਜਦੋਂ ਸੁਰਤ ਸੰਭਲ ਜਾਏਗਾ, ਪਰਮੇਸ਼ੁਰ ਕਹਿੰਦਾ ਪਹਿਲਾ ਬਚਨ, ਜਦ ਭਾਣਾ ਤਾਂ ਜੰਮਿਆ ਜਨਮ ਹੋ ਜਾਏਗਾ ਤੇਰਾ, ਭਾਣਾ ਹੋ ਗਿਆ, ਹੁਕਮ ਵਰਤ ਚੁੱਕਿਆ ਹੈ, ਹੁਕਮ ਹੋ ਗਿਆ, ਤੇਰਾ ਜਨਮ ਹੋਣ ਵਾਲਾ ਹੀ ਹੈ, ਪਰਿਵਾਰ ਭਲਾ ਪੜ੍ਹਾਇਆ ਤੈਨੂੰ, ਪਰਿਵਾਰ ਭਲਾ ਚੰਗਾ ਲੱਗੇਗਾ, ਅਤੇ ਇਹ ਤ੍ਰਿਸ਼ਨਾ ਦਾ ਵੀ ਚੱਕਰ ਪੈ ਜਾਏਗਾ ਤੇਰੇ 'ਤੇ, ਕਿਉਂ ਤ੍ਰਿਸ਼ਨਾ ਉਦੋਂ ਹੀ ਸ਼ੁਰੂ ਹੁੰਦੀ ਹੈ ਸਾਧ ਸੰਗਤ ਜਦੋਂ ਇਹ ਜਨਮ ਲੈਂਦਾ ਹੈ। ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਨੇ ਅਮਰ ਆਪਣਾ ਅਸਰ ਪਾ ਲਿਆ, ਅਤੇ ਇਹਨੂੰ ਤ੍ਰਿਸ਼ਨਾ ਦਾ ਪਹਿਲਾ ਬੀਜ ਜਿਹੜਾ ਬੀਜਿਆ ਗਿਆ ਉਹ ਕਿਹੜਾ ਸੀ? ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ, ਇਹਦੀ ਲਿਵ ਟੁੱਟ ਗਈ, ਜਿਹੜੀ ਲਿਵ ਜੋੜਨ ਕਰਕੇ ਨੌ ਮਹੀਨੇ ਮਾਤਾ ਦੇ ਉਦਰ ਵਿੱਚ ਇਹਨੂੰ ਆਂਚ ਨਹੀਂ ਲੱਗੀ। ਮਾਤ ਕਰਮ ਆਪਨ ਸਿਮਰਨ ਦੇ, ਵਾਹਿਗੁਰੂ ਨੇ ਸਿਮਰਨ ਦਿੱਤਾ ਇਹਨੂੰ, ਇਹਨੇ ਕੀਤਾ ਸਿਮਰਨ, ਮਾਤ ਕਰਮ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਪ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ, ਅਤੇ ਉੱਥੇ ਸਿਮਰਨ ਕਰਕੇ ਦੱਸਣਾ ਜਪਤੀ, ਤੂੰ ਹੀ ਤੂੰ ਹੀ ਮਾਤ ਗਰਭ, ਤੂੰ ਹੀ ਪਿਰਤ ਪਾਲਕ ਮਿਰਤ ਮੰਡਲ ਇੱਕ, ਤੂੰ ਹੀ ਤੂੰ ਹੀ ਵਾਹਿਗੁਰੂ, ਤੂੰ ਹੀ ਤੂੰ ਹੀ ਮੇਰੀ ਉੱਥੇ ਰਕਸ਼ਾ ਕੀਤੀ। ਪਰ ਜਦੋਂ ਮਾਇਆ ਅਮਰ ਵਰਤਾਇਆ, ਤ੍ਰਿਸ਼ਨਾ ਲੱਗ ਗਈ, ਪਹਿਲੀ ਤ੍ਰਿਸ਼ਨਾ ਸੀ ਜਦੋਂ ਇਹਨੂੰ ਭੁੱਖ ਲੱਗੀ, ਉਹ ਤ੍ਰਿਸ਼ਨਾ ਦਾ ਇੱਕ ਸੂਖਮ ਬੀਜ ਸੀ, ਸਾਧ ਇੱਕ ਸੂਖਮ ਬੀਜ ਸੀ ਜਿਹੜਾ ਕਿ ਬੀਜਿਆ ਗਿਆ, ਸ਼ੁਰੂ ਹੋ ਗਿਆ ਤ੍ਰਿਸ਼ਨਾ ਦਾ ਫਲ, ਤ੍ਰਿਸ਼ਨਾ ਦਾ ਭਾਵ ਵੱਡਾ ਸਾਰਾ ਦਰਖਤ ਬਣੇਗਾ। ਪਰ ਜਦੋਂ ਇਹਨੂੰ ਭੁੱਖ ਲੱਗੀ, ਇਹਨੇ ਫਿਰ ਪਹਿਲੇ ਪਿਆਰ ਲੱਗਾ ਥਣ ਦੁੱਧ, ਇਹਨੇ ਦੁੱਧ ਚੁੰਘਿਆ ਮਾਤਾ ਦਾ, ਉਹ ਸਮਝ ਲਓ ਇੱਕ ਬੀਜ ਸੀ ਤ੍ਰਿਸ਼ਨਾ ਦਾ, ਬਸ ਉਧਰੋਂ ਲਿਵ ਟੁੱਟ ਗਈ ਹੈ, ਇੱਧਰ ਲਿਵ ਦੂਸਰੇ ਪਾਸੇ ਸੰਸਾਰ ਨਾਲ ਜੁੜਨ ਲੱਗ ਗਈ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਵ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ, ਗਏ ਸੇ ਗੀਤ ਉਹ ਜੀਵਨ ਦੇ ਗੀਤ ਤਾਂ ਲੰਘੇ, ਉਹ ਤਾਂ ਚਲੇ ਗਏ, ਹੁਣ ਆ ਗਈ ਮੌਤ ਦੀ, ਜਦੋਂ ਜੀਵਨ ਤਾਂ ਰਿਹਾ ਨਹੀਂ ਨਾ,
ਗਏ ਤੇ ਗੀਤ ਪੁਕਾਰੀ ਧਾ ਧਾਹਾਂ ਰਹਿ ਗਈਆਂ ਪੱਲੇ ਵੱਲ, ਪੱਲੇ ਰੋਣਾ ਧੋਣਾ ਹੀ ਰਹਿ ਗਿਆ ਭਾਈ। ਤਦੇ ਕਬੀਰ ਸਾਹਿਬ ਜੀ ਵਚਨ ਕਰਦੇ ਹਨ, ਕਬੀਰ ਸਾਹਿਬ ਜੀ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਭਈਆ ਸਮਾਂ ਹੈ ਨਾਮ ਦੇ ਧਨ ਦੇ ਲੁੱਟਣ ਦਾ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਂਗੇ, ਫਿਰ ਪਛਤਾਵਾ ਹੀ ਹੋਊਗਾ ਪੱਲੇ, ਕੇਵਲ ਰੋਣਾ ਧੋਣਾ ਹੀ ਹੋਏਗਾ, ਰੋਂਦਾ ਤੇ ਧਾਹਾਂ ਮਾਰੇਗਾ, ਰੋਣੇ ਦੇ ਹੰਝੂ ਉਹ ਹੋਣਗੇ। ਆਮ ਬੰਦੇ ਰੋਂਦੇ ਨੇ, ਹੰਝੂ ਗਿਰਦੇ ਨੇ, ਪਾਣੀ ਹੁੰਦਾ ਹੈ, ਪਰ ਬੰਦੇ ਜਦੋਂ ਤੂੰ ਰੋਏਗਾ ਨਾ ਉਦੋਂ ਦੁੱਖ ਦੇ ਵਿੱਚ ਮੌਤ ਵੇਲੇ, ਉਦੋਂ ਤੇਰੇ ਹੰਝੂ ਹੋ ਸਕਦਾ ਖੂਨ ਦੇ ਹੰਝੂ ਹੋਣ, ਪਰ ਉਦੋਂ ਸੁਣਿਆ ਕਿਆ ਰੁਆਇਆ, ਉਦੋਂ ਰੋਣਾ ਤੇਰਾ ਕਿਸੇ ਨੇ ਸੋਣਾ ਨਾ ਨਹੀਂ। ਨਾਲੇ ਰੋਵੇਂਗਾ ਤੇ ਰੋ ਰੋ ਮਾਰੇਗਾ, ਫਿਰ ਪਛਤਾਵੇਂਗਾ ਮਨ, ਨਾਲੇ ਰੋਵੇਂਗਾ ਤੇ ਰੋ ਰੋ ਮਾਰੇਗਾ, ਫਿਰ ਪਛਤਾਵੇਂਗਾ ਮਨ। ਖਤਮ ਹੋ ਗਏ, ਪੁਕਾਰੀ ਧਾ ਧਾਹਾਂ ਪੈਣ ਲੱਗ ਗਈਆਂ, ਉੜਿਆ ਹੰਸ ਦਸਾਏ ਰਾਹ, ਰਸਤੇ ਪੈ ਗਿਆ ਜਿਹੜੇ ਰਸਤੇ ਹਰ ਕਰੀ ਜਾਣਾ ਹੈ, ਇੱਕ ਦਿਨ ਉਹ ਰਸਤੇ ਜਾਣਾ ਹੀ ਪੈਣਾ ਤੈਨੂੰ, ਇੱਕ ਦਿਨ ਐਸਾ ਹੋਊਗਾ, ਉਹ ਦਿਨ ਹੋਊਗਾ ਤੂੰ ਨਹੀਂ ਹੋਊਗਾ, ਦਿਨ ਵੀ ਹੋਊਗਾ, ਦੁਨੀਆਂ ਵੀ ਹੋਵੇਗੀ, ਮਿੱਤਰ ਦੋਸਤ ਵੀ ਹੋਣਗੇ, ਪਰ ਤੂੰ ਨਹੀਂ ਹੋਣਾ, ਤੂੰ ਕਰਮਾਂ ਅਨੁਸਾਰ ਪਤਾ ਨਹੀਂ ਕਿੱਧਰ ਚਲਿਆ ਜਾਏਗਾ। ਅਤੇ ਉਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਜੀ ਕਹਿੰਦੇ ਰਸਤੇ ਤਾਂ ਸਭ ਨੇ ਜਾਣਾ ਹੀ ਹੈ, ਗਏ ਤੇ ਗੀਤ ਪੁਕਾਰੀ ਧਾ ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੋਂ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਿਨਾਂ ਸੰਸਾਰ ਡੁੱਬ ਗਿਆ, ਪਰ ਆਪਾਂ ਕਦੇ ਸੋਚਿਆ ਤਾਂ ਨਹੀਂ ਵੀ ਗੁਰੂ ਵਾਲੇ ਵੀ ਬਣ ਜਾਈਏ,
ਜਾਂ ਤਾਂ ਮੈਨੂੰ ਲੱਗਦਾ ਵੀ ਇੱਥੇ ਅੰਮ੍ਰਿਤ ਵਾਲੇ ਜਿਹੜੇ ਛਕਣ ਵਾਲੇ ਨਹੀਂ ਹੋਏ ਤਿਆਰ, ਇਹਦਾ ਮਤਲਬ ਸਾਰੇ ਅੰਮ੍ਰਿਤਧਾਰੀ ਨੇ, ਪਰ ਲੱਗਦਾ ਨਹੀਂ। ਹੱਥ ਖੜੇ ਕਰੋਗੇ ਅੰਮ੍ਰਿਤਧਾਰੀ ਜਿਹੜੇ ਅੰਮ੍ਰਿਤ ਛੱਕੇ ਛੱਕੀ ਬੈਠੇ ਹਨ, ਕਿਰਪਾ ਕਰਿਓ। ਠੀਕ ਹੈ, ਕਾਫੀ ਨੇ, ਕਿਰਪਾ ਹੈ ਮਹਾਰਾਜ ਦੀ। 70-80% ਹੈਗੇ ਅੰਮ੍ਰਿਤਧਾਰੀ, ਪਰ ਜਿਹੜੇ ਭਾਈ 15-20% ਨੇ, ਉਹ ਤਾਂ ਇਹਦੇ ਅਜੇ ਗੁਰੂ ਵਾਲੇ ਬਣੇ ਨਹੀਂ ਨਾ। ਫਿਰ ਰਸਤਾ ਤਾਂ ਡੁੱਬਣ ਵਾਲਾ ਹੀ ਹੈ ਨਾ, ਵਾਹਿਗੁਰੂ ਡੁੱਬਾ ਸੰਸਾਰ। ਫਿਰ ਡੁੱਬਣ ਵਾਲੇ ਰਸਤੇ ਕਿਉਂ ਤੁਰੀਏ? ਸੰਗਤ ਕਰਦੇ ਵੀ ਹਾਂ, ਗੁਰੂ ਦੀ ਬਾਣੀ ਵੀ ਰੋਜ਼ ਸੁਣਦੇ ਹਾਂ, ਗੁਰਮਤਿ ਦੀਆਂ ਵਿਚਾਰਾਂ ਵੀ ਰੋਜ਼ ਸੁਣਦੇ ਹਾਂ, ਪਰ ਸੁਣ ਸੁਣਾ ਕੇ ਫਿਰ ਅਮਲ ਕਿਉਂ ਨਹੀਂ ਭਾਈ? ਇਹਦਾ ਮਤਲਬ ਮੂਰਖ ਮਨ ਤੈਨੂੰ ਸਹੀ ਰਸਤੇ 'ਤੇ ਤੁਰ ਨਹੀਂ ਦਿੰਦਾ, ਨਹੀਂ ਸਮਝ ਆਉਂਦੀ। ਮਨ ਜਿਹੜਾ ਮੂਰਖ ਹੈ, ਉਹ ਮਹਾਰਾਜ ਦਾ ਬਚਨ ਹੈ, ਮਨ ਮੂਰਖ ਮੇਰਾ ਨਾ ਸਮਝੇ, ਮੂਰਖ ਮੇਰਾ ਨਾ ਸਮਝੇ, ਤਾਂ ਮੂਰਖ ਕਿਹਾ ਵੀ ਇਹ ਸਮਝਦਾ ਹੀ ਨਹੀਂ। ਮੂਰਖ ਨਹੀਂ ਸੀ ਕਹਿੰਦੇ ਮਹਾਰਾਜ ਜੀ, ਮਨ ਮੂਰਖ ਅੱਜ ਹੁਣ ਸਮਝਤ, ਸਿੱਖ ਦਾ ਹਾਰਿਓ ਨੀਤ, ਨਿਤ ਸਿੱਖਿਆ ਦੇ ਦੇ ਕੇ ਥੱਕ ਗਏ। ਪਰ ਇਹ ਨੇ ਗੁਰੂ ਦੀ ਗੱਲ ਨਾ ਮੰਨੀ। ਆਉਂਦੇ ਹਾਂ ਗੁਰੂ ਦੇ ਚਰਨਾਂ ਵਿੱਚ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਸਾਰੇ ਗਾਉਂਦੇ ਹਾਂ। ਪਰ ਗਾਵਿਆ ਸੁਣਿਆ ਤਿਨਕਾ ਹਰ ਥਾਏ ਭਾਵੈ, ਉਹਨਾਂ ਦਾ ਥਾਂ ਪੈਣਾ ਭਾਈ, ਸਭ ਦਾ ਨਹੀਂ ਪੈਣਾ, ਖਿਆਲ ਦੇਣਾ। ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੇ ਤਾਂ ਭਾਈ ਆਗਿਆ ਵਿੱਚ ਖੜੇ ਹਾਂ, ਜੈ ਥੀ ਆਗਿਆ ਕੀਨੀ ਠਾਕੁਰ ਤੇਤੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠੋ ਆਹੂੰ ਕਹੋ ਦੌੜਿਓ। ਆਗਿਆ ਵਿੱਚ ਖੜੇ ਹਾਂ,
ਗੁਰੂ ਦੇ ਹੁਕਮ ਵਿੱਚ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀਗੇ। ਪਰਨਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਜੇ ਤਾਂ ਹੁਕਮ ਮੰਨਦੇ ਹਾਂ ਫਿਰ ਤਾਂ ਆਪਣਾ ਥਾਏ ਹੈ, ਗਾਵਿਆ ਸੁਣਿਆ ਥਾਏ ਪੈ ਗਿਆ। ਨਹੀਂ ਵੀ ਜਿਹੋ ਜਿਹੇ ਆਏ ਜਿਹੋ ਜਿਹੇ ਨਾ ਆਏ ਜਾਂ ਥਾਏ ਨਹੀਂ ਪੈਣਾ, ਥਾਏ ਪਾਉਣ ਦੀ ਕੋਸ਼ਿਸ਼ ਕਰੋ। ਥਾਏ ਪਾਉਣ ਵਾਸਤੇ ਗੁਰੂ ਦਾ ਹੁਕਮ ਮੰਨਣਾ ਪਊਗਾ। ਹੁਣ ਇਹ ਜੀਵ ਨੂੰ ਸਮਝਾਉਂਦੇ ਨੇ ਪਰਮੇਸ਼ਰ ਜੀ ਵਾਹਿਗੁਰੂ ਵੀ ਜਨਮ ਤੇਰਾ ਹੋ ਜਾਣਾ, ਮਾਤ ਲੋਕ ਵਿੱਚ ਜਾ ਕੇ ਤੂੰ ਸੋਏ ਧਰਮ ਅਨੁਸਾਰ ਪਹਿਲਾਂ ਜਦੋਂ ਸੋਝੀ ਆ ਜੀ ਤੈਨੂੰ ਫਿਰ ਤੂੰ ਗੁਰੂ ਵਾਲਾ ਬਣ ਜੀ। ਸੋਏ ਧਰਮ ਦਾ ਮਤਲਬ ਹੁੰਦਾ ਸਾਧਸੰਗ, ਜੇ ਹਿੰਦੂਆਂ ਦੇ ਘਰ ਜਨਮ ਹੈ ਫਿਰ ਉਹਨਾਂ ਦੀ ਮਰਯਾਦਾ ਜਿਵੇਂ ਹੈ ਉਵੇਂ ਗੁਰੂ ਵਾਲਾ ਬਣ ਜੀ। ਜੇ ਮੁਸਲਮਾਨਾਂ ਦੇ ਘਰ ਜਨਮ ਹੈ ਉਹਨਾਂ ਦੇ ਅਨੁਸਾਰ ਮੁਰਸ਼ਦ ਬਣਾ ਲਈ, ਜੇ ਭਾਈ ਸਿੱਖਾਂ ਦੇ ਘਰ ਜਨਮ ਹੈ ਫਿਰ ਖੰਡੇ ਵਾਟੇ ਦਾ ਅਮਰ ਛੱਕ ਲਈ। ਸਾਡੇ ਵਾਸਤੇ ਹੁਕਮ ਇਹ ਕੀਤਾ ਵਾਹਿਗੁਰੂ ਨੇ, ਨਾਮ ਜਪੀ ਵੰਡ ਚੁੱਕੀ ਪਿਆਰੇ ਖਾਲਸਾ ਮੰਗੀ ਸਰਬੱਤ ਦਾ ਭਲਾ, ਨਾਮ ਜਪੀ ਵੰਡ ਚੁੱਕੀ ਪਿਆਰੇ ਖਾਲਸਾ ਮੰਗੀ ਸਰਬੱਤ ਕਰਨੀ ਅਤੇ ਵੰਡ ਛਕਣਾ ਅਤੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਸਰਬੱਤ ਦਾ ਭਲਾ ਮੰਗਦੇ ਕਹਿੰਦੇ ਜ਼ਰੂਰ ਹਾਂ, ਕਹਿਣਾ ਹੀ ਪੈਣਾ ਜਦ ਅਰਦਾਸ ਵਿੱਚ, ਜਦੋਂ ਵੀ ਅਰਦਾਸ ਹੋਣੀ ਹੈ ਅਖੀਰੀ ਮਹਾਰਾਜ ਨੇ ਮਰਯਾਦਾ ਹੀ ਬਣਾ ਦਿੱਤੀ ਵੀ ਇਹ ਵਚਨ ਜ਼ਰੂਰ ਦੁਹਰਾਉਣੇ ਹਨ, ਨਾਨਕ ਨਾਮ ਚੜ੍ਹਦੀ ਕਲਾ ਇਹ ਵਚਨ ਦੁਹਰਾਉਣੇ ਹਨ, ਤੇਰੇ ਭਾਣੇ ਸਰਬੱਤ ਕਾ ਭਲਾ। ਤੋ ਸਿਰਫ ਕਹਿ ਜਾ ਰਹੇ ਹਾਂ ਪਰ ਸਰਬੱਤ ਦਾ ਭਲਾ ਮੰਗਣ ਵਾਲੇ ਬੜੇ ਘੱਟ ਹਨ ਸਾਧ ਸੰਗਤ। ਦੁਸ਼ਮਣ ਦਾ ਭਲਾ ਮੰਗਣਾ ਕਿੰਨਾ ਮੁਸ਼ਕਲ ਹੈ, ਉਹ ਭਾਈ ਘਨੱਈਆ ਜੀ ਮੰਨਦੇ ਸਨ, ਦੁਸ਼ਮਣ ਦਾ ਭਲਾ ਕੀਤਾ ਉਹਨਾਂ ਨੇ, ਦੁਸ਼ਮਣਾਂ ਨੂੰ ਪਾਣੀ ਪਿਲਾਇਆ ਨਾ,
ਹਾਲਾਂਕਿ ਸ਼ਿਕਾਇਤ ਵੀ ਕੀਤੀ ਖਾਲਸੇ ਨੇ। ਮਹਾਰਾਜ ਜੀ, ਭਾਈ ਘਨੱਈਆ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਪੁੱਛਣਾ ਚਾਹੀਦਾ। ਭਾਈ ਘਨੱਈਏ ਨੂੰ ਬੁਲਾਇਆ, ਭਾਈ ਘਨੱਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ, ਹੁਕਮ ਜੀ ਵੀ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ, ਨੇਤਰਾਂ ਵਿੱਚ ਜਲ ਆ ਗਿਆ। ਸੱਚੇ ਪਾਤਸ਼ਾਹ, ਤੁਹਾਡੀ ਬੜੀ ਕਿਰਪਾ ਹੈ, ਮੈਨੂੰ ਕੋਈ ਦੁਸ਼ਮਣ ਦਿਖਦਾ ਹੀ ਨਹੀਂ, ਹੁਣ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕਿਓ ਮੇਰੇ ਰਾਜਨ। ਮੈਨੂੰ ਤਾਂ ਦੂਸਰਾ ਦਿਖਦੇ ਹੀ ਨਹੀਂ ਸਾਧ ਸੰਗਤ, ਭਾਈ ਘਨੱਈਆ ਕਹਿ ਰਿਹਾ ਹੈ ਵੀ ਮੈਨੂੰ ਤਾਂ ਮਹਾਰਾਜ ਜੀ ਦੁਸ਼ਮਣ ਦਿਖਦਾ ਨਹੀਂ, ਤੁਹਾਡੀ ਕਿਰਪਾ ਨਾਲ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਨੂੰ ਤਾਂ ਤੁਹਾਡਾ ਉਪਦੇਸ਼ ਅੱਗੇ ਆ ਜਾਂਦਾ, ਮਾਨਸ ਦੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਬਸ ਮਨੁੱਖ ਨਹੀਂ ਦਿਖਦਾ, ਰੱਬ ਦਿਖਦਾ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ, ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਇਹ ਗੱਲ ਹੋ ਗਈ ਮਹਾਰਾਜ ਜੀ, ਮੈਨੂੰ ਨਹੀਂ ਦੁਸ਼ਮਣ ਦਿੰਦਾ, ਫਿਰ ਪਾਣੀ ਕਿਹਨੂੰ ਪਿਲਾਉਣਾ? ਮਹਾਰਾਜ ਜੀ, ਮੈਂ ਤਾਂ ਤੁਹਾਡੇ ਮੂੰਹ 'ਚ ਪਾਉਂਦਾ ਪਾਣੀ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਖਦੇ ਹਨ। ਮਹਾਰਾਜ ਜੀ ਬੜੇ ਖੁਸ਼ ਹੋਏ, ਲੈ ਭਾਈ ਘਨੱਈਆ, ਫਿਰ ਸਾਡੇ ਫੱਟ ਵੀ ਲੱਗਦੇ ਨੇ, ਆਹ ਲੈ ਮੱਲਮ, ਮੱਲਮ ਲਾ ਕੇ ਫਿਰ ਪੱਟੀ ਵੀ ਕਰ ਦਿਆ ਕਰ। ਅਗਲੀ ਗੱਲ ਵੀ ਕਰ ਦਿੱਤੀ ਮਹਾਰਾਜ ਜੀ ਨੇ ਵੀ ਜੇ ਤੈਨੂੰ ਇਵੇਂ ਦਿਖਦਾ, ਲੈ ਫਿਰ ਇਸੇ ਤਰ੍ਹਾਂ ਹੀ ਰਹਿ, ਤੂੰ ਇਸੇ ਆਨੰਦ ਵਿੱਚ ਰਹਿ, ਤੇਰੇ ਵਾਸਤੇ ਇਹੀ ਮੁਬਾਰਕ ਹੈ। ਸੋ ਇਹ ਸਾਧ ਸੰਗ ਸਰਬੱਤ ਦਾ ਭਲਾ, ਸੋ ਇਸ ਕਰਕੇ ਇਹ ਪਹਿਲਾ ਬਚਨ ਸੀ ਪਰਮੇਸ਼ਰ ਨੇ ਜੋ ਕੀਤਾ ਸਾਰਿਆਂ ਦੇ ਨਾਲ, ਵੀ ਸਭ ਦਾ ਭਲਾ ਮੰਗਣਾ, ਭਾਈ ਧਰਮ ਦੀ ਕਿਰਤ ਕਰਨੀ, ਨਾਮ ਜਪੀ ਤੇ ਬਣ ਚੱਕੀ। ਦੂਸਰਾ ਬਚਨ, ਤੇਰੀ ਇੱਕ ਵਿਵੇਕ ਬੁੱਧ, ਇੱਕ ਵਿਵੇਕ ਬੁੱਧ ਹੈ ਸਾਧ ਸੰਗ, ਜਿਹਨੂੰ ਗੁਰਮਤ ਵਾਲੀ ਬੁੱਧ ਕਹਿੰਦੇ ਹਨ, ਜਿਹਨੂੰ ਗੁਰਮਤ ਗੁਰੂ ਦੀ ਮਤ ਕਹਿੰਦੇ ਹਨ। ਵਿਵੇਕ ਬੁੱਧ ਇਸ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਬੀਜੈ, ਵਿਵੇਕ ਬੁੱਧ ਤੈਨੂੰ ਪੈਦਾ ਹੋ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨ ਸਭ ਕੂੜ ਗਾਲੀ ਹੋਛੀਆਂ। ਸਿਮਰਤ ਵੇਦ ਪੁਰਾਣ ਕੀ ਕਹਿੰਦੇ ਨੇ? ਵੀ ਨਾਮ ਤੋਂ ਬਿਨਾਂ ਸਭ ਗੱਲਾਂ ਹੋਛੀਆਂ ਨੇ। ਇਹ ਬਚਨ ਪਰਮੇਸ਼ਰ ਕਰ ਰਿਹਾ ਹੈ ਜੀਵ ਦੇ ਨਾਲ, ਗੱਲਾਂ ਹੋਛੀਆਂ ਹਰ ਕੇ ਨਾਮ ਤੋਂ ਬਿਨਾ, ਗੱਲਾਂ ਹੋਛੀਆਂ ਹਰ ਕੇ ਨਾਮ ਤੋਂ ਬਿਨਾ, ਹਰ ਕੇ ਨਾਮ ਤੋਂ ਬਿਨਾਂ,
ਕੂੜ ਸੋਹਣਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ, ਕੂੜ ਮਾਖੋਂ, ਕੂੜ ਡੋਬੇ ਪੂਰ, ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ, ਤੇ ਤੋਂ ਬਿਨਾਂ ਸਭ ਕੂੜ ਹੀ ਹੈ, ਨਾਮ ਬਿਨ ਸਭ ਕੂੜ। ਗਾਲੀ ਉੱਚੀਆਂ ਜਿੰਨੀਆਂ ਗੱਲਾਂ ਆਪਾਂ ਨਾਮ ਤੋਂ ਬਿਨਾਂ ਜਾਂ ਗੁਰਮਤਿ ਤੋਂ ਬਿਨਾਂ ਜਾਂ ਹੋਰ ਕਰਦੇ ਹਾਂ, ਨਾਮ ਤੋਂ ਬਿਨਾਂ ਸਭ ਓਛੀਆਂ ਗੱਲਾਂ ਹਨ। ਦੋ ਦੋ ਘੰਟੇ ਟੈਲੀਫੋਨ 'ਤੇ, ਟੈਲੀਫੋਨ 'ਤੇ ਵੀ ਬਸ ਕਰਾ ਦਿੰਦੇ ਹਾਂ, ਉਹ ਵੀ ਟੂੰ ਟੂੰ ਕਰਨ ਲੱਗ ਜਾਂਦਾ ਵੀ ਬਸ ਕਰ, ਹੁਣ ਮੇਰੀ ਬੈਟਰੀ ਖਤਮ ਹੋਣ ਲੱਗੀ ਹੈ। ਪਰ ਇਹਦੀ ਬੈਟਰੀ ਨਹੀਂ ਖਤਮ ਹੁੰਦੀ, ਜਿਉਂ ਲੱਗਦਾ ਜਿਉਂ ਲੱਗਦਾ ਬਸ ਸੱਤ ਹੋ ਗਈ, ਕੋਈ ਗੱਲ ਨਹੀਂ, ਨਾਲੇ ਮਤਲਬ ਕੋਈ ਨਹੀਂ, ਐਵੇਂ ਫਜ਼ੂਲ ਹੀ, ਐਵੇਂ ਜਾਬਾਂ ਦਾ ਭੇੜ, ਬਸ ਹੋਰ ਕੀ ਹੈ, ਕੁਛ ਨਹੀਂ ਹੈ ਸਾਧ ਸੰਗਤ। ਫਿਰ ਟਿਊਮਰ ਵੀ ਹੋ ਜਾਂਦਾ ਬਹੁਤਾ ਜੇ ਫੋਨ ਸੁਣਾਂਗੇ ਨਾ, ਇਹ ਦਿਮਾਗ 'ਤੇ ਅਸਰ ਕਰਦਾ ਸਾਧ ਸੰਗਤ। ਰੇਜ਼ ਨੇ ਇਹਦੇ ਵਿੱਚ ਬਹੁਤ ਤਿੱਖੀਆਂ, ਜਿਹੜੀਆਂ ਕਿ ਬੰਦੇ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੀਆਂ ਨੇ, ਤਾਂ ਇਹਨੂੰ ਅਵਾਇਡ ਹੀ ਕਰੋ, ਲੋੜ ਅਨੁਸਾਰ ਵਰਤੋ, ਹਰ ਚੀਜ਼ ਲੋੜ ਅਨੁਸਾਰ ਹੁੰਦੀ ਹੈ ਭਾਈ। ਬੇਲੋੜੀ ਕੋਈ ਵੀ ਚੀਜ਼ ਹੈ ਉਹ ਤਾਂ ਨੁਕਸਾਨ ਦੇਈ ਹੁੰਦੀ ਹੈ। ਸੋ ਨਾਮ ਬਿਨ ਸਭ ਕੂੜ, ਗੱਲ ਇਹ ਹੋਛੀਆਂ, ਤੇਰੇ ਮਨ ਵਿੱਚ ਇਹ ਵਿਵੇਕ ਪੈਦਾ ਹੋ ਜਾਵੇ। ਪਰਮੇਸ਼ੁਰ ਕਹਿੰਦਾ ਤੂੰ ਅੱਠੋ ਪੈਰ ਫਿਰ ਸਿਮਰਨ ਕਰਨ ਲੱਗ ਜਾਵੇਂ। ਤੇਰੇ ਸਰੀਰ ਦੀਆਂ ਜ਼ਰੂਰੀਆਤ ਤਿੰਨ ਚੀਜ਼ਾਂ ਹਨ, ਕੁੱਲੀ ਗੁੱਲੀ ਜੁੱਲੀ, ਅੰਨ ਵਸਤਰ ਅਤੇ ਅਸਥਾਨ। ਇੱਕ ਤਾਂ ਤਿੰਨ ਡੰਗ ਦਾ ਪ੍ਰਸ਼ਾਦਾ ਚਾਹੀਦਾ ਭਾਈ, ਅਤੇ ਇੱਕ ਸਿਰ ਢੱਕਣ ਵਾਸਤੇ ਇੱਕ ਕਮਰਾ, ਮੰਨ ਲਓ ਛੱਤ ਚਾਹੀਦੀ ਹੈ, ਅਤੇ ਬਾਕੀ ਤਨ ਢੱਕਣ ਵਾਸਤੇ ਵਸਤਰ। ਲੋੜ ਤਾਂ ਇੰਨੀ ਕੀ ਹੈ ਨਾ, ਹੁਣ ਸਾਢੇ ਤਿੰਨ ਹੱਥ ਤੇਰੀ ਸੀਵਾ, ਭਗਤ ਜੀ ਕਹਿੰਦੇ ਸਾਢੇ ਤਿੰਨ ਹੱਥ ਧਰਤੀ ਤੇਰੀ ਹੈ, ਬਸ ਸਾਢੇ ਤਿੰਨ ਹੱਥ ਧਰਤੀ ਮਰਨ ਵੇਲੇ ਲੋੜ ਪੈਣੀ ਹੈ ਤੈਨੂੰ, ਬਾਕੀ ਵੱਡੇ ਵੱਡੇ ਅਡੰਬਰ ਜਿੱਡਾ ਮਰਜ਼ੀ ਬਣਾਈ ਜਾ, ਤੂੰ ਰਖਵਾਲਾ ਜ਼ਰੂਰ ਹੈ, ਰਾਖੀ ਕਰੀ ਜਾ। ਪਰ ਉਹਨੇ ਪਹਿਣਾ ਤਾਂ ਇੱਕ ਮੰਜੇ 'ਤੇ ਹੀ ਹੈ ਨਾ, ਬਾਕੀ ਤਾਂ ਸਾਧ ਸੰਗਤ ਅਡੰਬਰ ਦੁੱਖ ਰੂਪ ਹੀ ਹੈ। ਤਦੇ ਮਹਾਰਾਜ ਦਾ ਵਚਨ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਨਿਸ਼ਚੇ ਕਰ ਲਿਆ ਵੀ ਜਾਣ ਵਾਲੇ ਹਾਂ, ਤੁਰ ਜਾਣਾ ਹੈ, ਸੱਦਾ ਆਉਣ ਵਾਲਾ ਹੀ ਹੈ, ਉਹ ਬਹੁਤਾ ਵਿਸਥਾਰ ਨਹੀਂ ਕਰਦੇ, ਉਹ ਬਹੁਤਾ ਅਡੰਬਰ ਨਹੀਂ ਰਚਦੇ, ਉਹ ਆਪਣੇ ਆਪ ਨੂੰ ਸੰਕੋਚ ਵਿੱਚ ਰੱਖਦੇ ਨੇ ਵੀ ਇੱਕ ਦਿਨ ਇਹ ਸਭ ਪਰਾਇਆ ਹੋ ਜਾਣਾ। ਤੋ ਧਨ ਤਿਆਗ ਧੀ ਸੁਣ ਰੇ ਜੜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੋ ਧਨ ਤਿਆਗ ਧੀ ਸੁਣ ਰੇ ਜੜ, ਪ੍ਰੇਤ ਵਖਾਣ ਤ੍ਰਿਆ ਭੱਜਿਆ ਹੈ ਘਰ ਵਾਲੀ, ਤ੍ਰਿਆ ਪ੍ਰੇਤ ਕਹਿ ਕੇ ਭੱਜੇਗੀ, ਭਾਉਣ ਭੰਡਾਰ ਭਰਾ ਗੜ ਜੇ ਤੱਕ, ਜਿੰਨੇ ਵੀ ਭੰਡਾਰੇ ਭਰੇ ਨੇ ਨਾ, ਤਿਆਗ ਪ੍ਰਾਣ ਵਿਗਾਨ ਕਹਿ ਹੈ,
ਜਦੋਂ ਪ੍ਰਾਣ ਤਿਆਗ ਦਿੱਤੇ ਸਾਰਾ ਕੁਛ ਬਗਾਨਾ ਹੋ ਜਾਣਾ ਹੈ। ਇਹਦਾ ਮਤਲਬ ਸਰੀਰ ਤੱਕ ਹੀ ਸੀਮਤ ਹੋਈ ਨਾ ਇਹ ਗੱਲ। ਇਹ ਸੁੱਖ ਸੀਮਤ ਜਿਹੜੇ ਹਨ, ਕੋਠੀਆਂ ਦਾ ਲੈ ਲਓ, ਕਾਰਾਂ ਦਾ ਲੈ ਲਓ, ਪੁੱਤਰਾਂ ਧੀਆਂ ਦਾ ਸੁੱਖ ਲੈ ਲਓ, ਮਾਇਆ ਦਾ ਸੁੱਖ ਲੈ ਲਓ, ਇਹ ਸੀਮਤ ਹੈ ਸਰੀਰ ਤੱਕ। ਸਰੀਰ ਤੋਂ ਬਾਅਦ ਇਹਦਾ ਕੋਈ ਵੀ ਸੁੱਖ ਨਹੀਂ ਤੇਰੇ ਪੱਲੇ, ਬਸ ਕੋਈ ਵੀ ਚੀਜ਼ ਖੜੇਗੀ ਨਹੀਂ ਤੇਰੇ ਨਾਲ, ਸਾਥ ਨਾ ਚੱਲ ਹੈ ਬਿਨ ਭਜਨ, ਭਜਨ ਤੋਂ ਬਿਨਾਂ ਨਾਲ ਕਿਸੇ ਨੇ ਜਾਣਾ ਹੀ ਨਹੀਂ। ਸਾਥ ਨਾ ਚੱਲ ਹੈ ਬਿਨ ਭਜਨ, ਵਿਖਿਆ ਸਗਲੀ ਛਾਰ, ਸਭ ਛਾਰ ਹੀ ਹੈ, ਵਿਉਹ ਹੈ ਸਭ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕੇ ਧਨ ਸਾਰੇ ਸਾਰ ਧਨ ਹੈ ਭਾਈ, ਨਾਮ ਜਪਣਾ, ਕਿਉਂਕਿ ਇਹਨੇ ਨਾਲ ਜਾਣਾ। ਜੇ ਮਾਤ ਪਿਤਾ ਤੋਂ ਤਮੀਤ ਨਾ ਭਾਈ, ਮਨਮੂਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭੈਣ ਦੂਰ ਜੰਮਦਲ ਹੈ, ਤੈ ਕੇਵਲ ਨਾਮ ਸੰਗ ਤੇਰਾ ਚੱਲੇ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਣਖ ਪੁਨਹ ਚਰਨ ਕਰਤ, ਅਣਖ ਪੁਨਹ ਕਰਨ ਚਰਨ, ਅਣਖ ਪੁਨਹ ਦਾ ਮਤਲਬ ਕਿੰਨੇ ਹੀ ਪੁੰਨ ਦੇ ਕਰਮ ਕਰੀ ਜਾ ਪਰ ਤਰ ਨਹੀਂ ਹੋਣਾ, ਅਣਖ ਪੁਨਹ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਕਰੋੜਾਂ ਪਾਪ ਨਾਸ ਕਰ ਦੇਗਾ ਪਰਮੇਸ਼ਰ ਦਾ ਨਾਮ। ਤਾਂ ਤੇ ਗੁਰਮੁਖ ਨਾਮ ਜਪੋ ਮਨ ਮੇਰੇ, ਮਹਾਰਾਜ ਜੀ ਕਹਿੰਦੇ ਗੁਰਮੁਖ ਬਣ ਕੇ ਹੁਣ ਤੂੰ ਨਾਮ ਜਪ, ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ, ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ, ਪਾਵੋ ਸੁਖ ਕਨੇਰੇ। ਅੱਗੇ ਪਰਮੇਸ਼ਰ ਤੇਰੇ ਸਰੀਰ ਦੀਆਂ ਤਿੰਨ ਚੀਜ਼ਾਂ ਦੀ ਜ਼ਿੰਮੇਵਾਰੀ ਲੈ ਲਵੇਗਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀਏ, ਤੂੰ ਚਿੰਤਾ ਨਾ ਕਰ, ਚਿੰਤਾ ਤਾਂ ਰੱਬ ਨੂੰ ਹੈ ਤੇਰੀ, ਜਿਹਨੇ ਤੈਨੂੰ ਪੈਦਾ ਕੀਤਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀਏ, ਜਲ ਮੈਂ ਜਾਂਦੋ ਪਾਏ ਕਹਿ ਤਿਨਾ ਭੀ ਰੋਜ਼ੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਉੱਥੇ ਕਿਹੜੀਆਂ ਹੱਟੀਆਂ ਹਨ, ਪਰ ਉਹਨਾਂ ਨੂੰ ਵੀ ਦਿੰਦਾ ਹੀ ਹੈ ਨਾ, ਤੈਨੂੰ ਕਾਹਦਾ ਫਿਕਰ ਪੈ ਗਿਆ। ਤੇਰੀ ਰੋਜ਼ੀ ਰੋਟੀ ਦਾ ਸਾਧਨ ਦਾ ਮਹਾਰਾਜ ਨੇ ਲਿਖ ਦਿੱਤਾ ਬਾਣੀ ਵਿੱਚ, ਪਹਿਲੋਂ ਦੇ ਤੈਂ ਰਿਜਕ ਸੰਭਾਹਾ,
ਪਹਿਲਾਂ ਰਿਜਕ ਪੈਦਾ ਹੋਇਆ ਤੇਰੇ ਵਾਸਤੇ, ਜਿਹੜੇ ਤੇਰੇ ਮੂੰਹ 'ਚ ਦੰਦ ਨਹੀਂ ਸਨ ਤੇਰੇ ਵਾਸਤੇ ਦੁੱਧ ਨਹੀਂ ਪੈਦਾ ਕਰ ਦਿੱਤਾ ਵਾਹਿਗੁਰੂ ਨੇ। ਜਬ ਦਾਂਤ ਨਾ ਥੇ ਤਬ ਦੂਧ ਦੀਆ, ਅਬ ਦਾਂਤ ਦੀਏ ਕਿ ਆਨਣ ਦੈ ਹੈ। ਜਦੋਂ ਦੰਦ ਨਹੀਂ ਸੀ ਉਦੋਂ ਦੁੱਧ ਤੇਰੇ ਵਾਸਤੇ ਪਹਿਲਾਂ ਜਨਮ ਤੋਂ ਪਹਿਲਾਂ ਤਿਆਰ ਹੋ ਗਿਆ, ਅਤੇ ਹੁਣ ਦੰਦ ਦਿੱਤੇ ਨੇ ਕਿ ਅੰਨ ਨਹੀਂ ਮਿਲੂਗਾ ਤੈਨੂੰ। ਪਰ ਅੰਨ ਦੀ ਖਾਤਰ ਆ, ਦੋ ਰੋਟੀਆਂ ਦੀ ਖਾਤਰ ਹੀ ਦਿਨ ਰਾਤ ਭੱਜੇ ਫਿਰਦੇ ਹਾਂ ਨਾ, ਹੋਰ ਕੀ ਹੈ। ਪਰ ਰੋਟੀਆਂ ਦੀ ਖਾਤਰ ਹੀ ਹੈ ਸਾਰਾ ਵਿਹਾਰ ਜਿੰਨਾ ਵੀ ਕਰ ਰਹੇ ਹਾਂ, ਇਹ ਰੱਬ ਨੇ ਦੇ ਦੇਣੀਆਂ ਨੇ। ਇਹ ਪਹਿਲਾਂ ਲਿਖ ਕੇ ਦੇ ਦਿੱਤਾ, ਪਹਿਲੇ ਬਣੀ ਪ੍ਰਾਰਬਧ ਪਾਛੇ ਬਣਾ ਸਰੀਰ, ਤੁਲਸੀ ਆ ਸੰਸਾਰ ਮੈਂ ਮਨ ਨਹੀਂ ਬਣਦਾ ਧੀਰ। ਯਾਨੀ ਤੇਰੇ ਸਰੀਰ ਦੀਆਂ ਜ਼ਰੂਰੀਆਤ ਵਾਹਿਗੁਰੂ ਕਹਿੰਦਾ ਮੈਂ ਆਪਣੇ ਜ਼ੁੰਮੇ ਲੈ ਲਵਾਂਗਾ, ਤੂੰ ਨਾ ਫਿਕਰ ਕਰੀਂ। ਤੀਸਰਾ ਵਚਨ ਕੀਤਾ ਵੀ ਬੰਦਗੀ ਕਰਦਿਆਂ ਕਰਦਿਆਂ ਇੱਕ ਹਉਂ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾਮ ਵਿਥੈ ਇਕੱਠਾਏ। ਜਦੋਂ ਤੂੰ ਨਾਮ ਜਪੇਗਾ ਹੋਂ ਨਹੀਂ ਰਹੇਗੀ, ਕਿਉਂਕਿ ਭਾਈ ਗੁਰਦਾਸ ਜੀ ਦਾ ਵਚਨ ਹੈ ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ
ਮੰਤਰ ਹੈ। ਗੁਰ ਮੰਤਰ ਹੈ ਵਾਹਿਗੁਰੂ, ਇਹਨੂੰ ਜਪਣ ਨਾਲ ਹਉ ਨਹੀਂ ਰਹੇਗੀ, ਕਿਉਂਕਿ ਜਿੱਥੇ ਰੋਸ਼ਨੀ ਹੋ ਗਈ ਦੀਵਾ ਬਲ ਪਿਆ, ਉੱਥੇ ਅੰਧੇਰੇ ਦਾ ਕੋਈ ਮਤਲਬ ਨਹੀਂ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਨਾਮ ਦਾ ਦੀਵਾ ਜਦੋਂ ਜਗ ਪਿਆ ਨਾ ਸਾਧ ਸੰਗ, ਤਾਂ ਹਉ ਕਿੱਥੇ ਰਹਿ ਜਾਏਗੀ। ਹਉ ਦਾ ਹੀ ਚੱਕਰ ਹੈ ਸਾਰਾ, ਵਿੱਚ ਹਉ ਮੈਂ ਬੰਧਨ ਵਾਧਾ। ਹਉ ਕਰਕੇ ਹੀ ਕਹਿੰਦਾ ਜਾਵੇ ਜਾਣਾ ਮੈਂ ਕਿਛ ਕਰਦਾ, ਮੈਂ ਕਰਦਾ ਕਹਿੰਦਾ, ਬੱਚਿਆਂ ਨੂੰ ਮੈਂ ਪਾਲਦਾ, ਉਹ ਤੁਸੀਂ ਭੁੱਖੇ ਮਰ ਜਾਓ ਜੇ ਮੈਂ ਨਾ ਤੁਹਾਨੂੰ ਰੋਟੀ ਦਿਆਂ। ਜਾਵੇ ਜਾਣਾ ਮੈਂ ਕਿਛ ਕਰਤਾ, ਤਬਲਾ ਗਰਭ ਜੋਣ ਮੈਂ ਫਿਰਤਾ, ਤਦੇ ਚੱਕਰ ਪਿਆ ਮਰ ਜਾ ਮਰਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਹਾ, ਹਉ ਵਿੱਚ ਦਿੱਤਾ, ਹਉ ਵਿੱਚ ਲਾਇਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਉਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਣਤੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਆਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ ਮਹਲਾ ਦੂਜਾ, ਹਉ ਮੈਂ ਇਹਾ ਜਾਤ ਹੈ, ਹੁ ਮੈਂ ਕਰਮ ਕਮਾਏ, ਹੁ ਮੈਂ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਹੁ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹੁ ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਏ। ਭਾਈ ਦੀਰਘ ਰੋਗ ਹੈ, ਇਹ ਬੜਾ ਪੁਰਾਣਾ ਰੋਗ ਲੱਗਿਆ ਹੈ, ਬਲਕਿ ਵਿਰਸੇ 'ਚ ਮਿਲਿਆ। ਹੁ ਮੈਂ ਰੋਗ ਮਾਨੁੱਖ ਕੋ ਦੀਨਾ, ਇਹ ਬੰਦੇ ਤੈਨੂੰ ਹੀ ਹਉਮੈ ਦਾ ਰੋਗ ਹੈ, ਤੈਨੂੰ ਇਹ ਵਿਰਸੇ ਵਿੱਚ ਮਿਲਿਆ ਹੈ, ਇਹ ਬਿਮਾਰੀ ਹੈ, ਦੀਰਘ ਰੋਗ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਔਖਧ ਮੁਖ ਦੇਵੈ ਕੱਟੈ ਜਮ ਕੀ ਫੰਦਾ। ਗੁਰੂ ਨਾਨਕ ਵੈਦ ਇਹੋ ਜਿਹਾ ਵੈਦ ਹੀ, ਏਡੇ ਗੂੜੇ ਜੋ ਜਿਹੜੇ ਡੂੰਘੇ ਜਾਂ ਇੰਨੇ ਪੁਰਾਣੇ ਜਿਹੜੇ ਰੋਗ ਹਨ ਹਉਮੈ ਦੇ, ਇਹਦੀ ਨਿਵਿਰਤੀ ਕੇਵਲ ਗੁਰੂ ਨਾਨਕ ਤੋਂ ਬਿਨਾਂ ਹੋਰ ਕਿਸੇ ਦੇ ਕਰਨ ਦੀ ਸਮਰੱਥਾ ਨਹੀਂ ਸਾਧਸੰਗ ਦੇ। ਜਿਹੜੇ ਗੁਰੂ ਦੇ ਚਰਨਾਂ ਵਿੱਚ ਬੈਠੇ ਆ, ਇਹ ਹਨ ਵੈਦਾਂ ਦੇ ਵੈਦ। ਅਤੇ ਇਸ ਤਰ੍ਹਾਂ ਪਰਮੇਸ਼ੁਰ ਕਹਿੰਦਾ, ਤੇਰੀ ਹਉ ਨਾਥ ਹੋ ਜਾਵੇ ਬੰਦਗੀ ਕਰਦਿਆਂ ਕਰਦਿਆਂ, ਅਤੇ ਆਪ ਸਵਾਰੇ ਆਪਣੇ ਆਪ ਨੂੰ ਸਵਾਰ ਲਵੇਂ, ਫਿਰ ਮੈਂ ਤੈਨੂੰ ਮਿਲ ਜਾਵਾਂਗਾ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆਂ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਬਣ ਜੇ ਨਾ। ਵਾਹਿਗੁਰੂ ਕਹਿੰਦਾ, ਵਾਹਿਗੁਰੂ ਦੇ ਜਿੱਦਣ ਆਪਾਂ ਬਣ ਗਏ ਨਾ ਸਾਧਸੰਗ, ਤਾਂ ਉਹਦੇ ਹੀ ਵੈਸੇ ਤਾਂ ਉਹਦੇ ਹੀ ਮੂਲ ਰੂਪ ਵਿੱਚ ਹਾਂ, ਪਰ ਅਜੇ ਆਪਾਂ ਮੰਨਦੇ ਨਹੀਂ ਵੀ ਮੈਂ ਤੇਰਾ ਹਾਂ। ਜਦੋਂ ਕਹਿ ਜੂਗਾ ਮੈਂ ਤੇਰਾ ਹਾਂ ਨਾ, ਫਿਰ ਤੇਰਾ ਤੇਰਾ ਕਰਦਾ ਕਰਦਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਫਿਰ ਕਹੇਗਾ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਫਿਰ ਉਹੀ ਰਹਿ ਗਿਆ, ਪਰਮੇਸ਼ੁਰ ਹੀ ਰਹਿ ਗਿਆ, ਆਪਣਾ ਆਪ ਮਿਟ ਗਿਆ ਇਹਦਾ, ਆਪ ਗਵਾਈਐ ਤਾਂ ਸ਼ੋ ਪਾਈਐ ਔਰ ਕੈਸੀ ਚਤੁਰਾਈ। ਜੇ ਤੂੰ ਮੇਰਾ ਹੋਏ ਰਹੇ, ਜੇ ਭਾਈ ਜੋਗਾ ਗੁਰੂ ਦਾ ਬਣ ਗਿਆ ਸੀ ਨਾ,
ਬੇਟਾ ਤੂੰ ਨਾਂ ਕੀ ਹੈ ਜੋਗਾ? ਕਿਹਦੇ ਜੋਗਾ? ਗੁਰੂ ਜੋਗਾ। ਮਹਾਰਾਜ ਜੀ ਕਹਿੰਦੇ ਫਿਰ ਗੁਰੂ ਤੇਰੇ ਜੋਗਾ ਵੀ ਹੈ। ਗੁਰੂ ਉਧਾਰ ਨਹੀਂ ਰੱਖਦਾ ਸਾਧ ਸੰਗਤ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਆਖਰੀ ਪਰਖ ਵੀ ਕੀਤੀ ਮਹਾਰਾਜ ਜੀ ਨੇ ਤੇ ਇੱਕ ਸਿੱਖ ਭੇਜ ਦਿੱਤਾ ਵੀ ਆਨੰਦ ਕਾਰਜ ਹੋ ਰਹੇ ਨੇ, ਦੋ ਲਾਵਾਂ ਤੋਂ ਬਾਅਦ ਇਹ ਪੱਤਰਕਾ ਫੜਾ ਦੇਣੀ। ਦੋ ਲਾਵਾਂ ਹੋਈਆਂ ਨੇ, ਭਾਈ ਜੋਗੇ ਨੇ ਦੋ ਪਰਕਰਮਾ ਕੀਤੀਆਂ ਨੇ ਮਹਾਰਾਜ ਨੂੰ, ਤੇ ਉਸ ਵੇਲੇ ਉਹ ਪੱਤਰਕਾ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਥੱਲੇ ਦਸਤਖਤ ਹਨ, ਨਮਸਕਾਰ ਕੀਤੀ, ਮੱਥੇ 'ਤੇ ਰੱਖੀ ਚਿੱਠੀ, ਅਤੇ ਜਦੋਂ ਪੜ੍ਹਿਆ ਵਿੱਚ ਕੀ ਲਿਖਿਆ, ਭਾਈ ਜੋਗਿਆ ਜਿਸ ਹਾਲਤ ਵਿੱਚ ਹੈ ਅਨੰਦਪੁਰ ਸਾਹਿਬ ਨੂੰ ਚੱਲ ਪਏ ਦੇਰ ਨਾ ਲਾਈ, ਇੱਕ ਸਕਿੰਟ ਦੀ ਵੀ ਦੇਰੀ ਨਹੀਂ। ਸਾਧ ਸੰਗਤ ਉੱਥੇ ਫੈਸਲਾ ਕਰ ਲਿਆ ਇੱਕਦਮ ਦੋ ਟੁੱਕ ਫੈਸਲਾ ਕਰ ਲਿਆ, ਸਲਾਹ ਨਹੀਂ ਕੀਤੀ ਵੀ ਜੇ ਗੁਰੂ ਮਹਾਰਾਜ ਹੁਣ ਹੀ ਬੁਲਾਉਂਦੇ ਨੇ ਤਾਂ ਫਿਰ ਦੁਨੀਆਂ ਦੀ ਕੀ ਪਰਵਾਹ ਹੈ, ਲੋਕਾਂ ਦੀ ਕੀ ਪਰਵਾਹ ਹੈ, ਮਿੱਤਰਾਂ ਦੋਸਤਾਂ ਦੀ ਸੰਬੰਧੀਆਂ ਦੀ ਕੀ ਪਰਵਾਹ ਹੈ। ਉਸੇ ਵੇਲੇ ਮਨ ਵਿੱਚ ਇੱਕ ਭਾਵਨਾ ਬਣ ਗਈ ਅਤੇ ਪੱਲਾ ਚੜਾ ਕੇ ਰੁੱਥੇ ਨਾ ਕਲੰਗੀਆਂ ਨਾਹੀਂ ਠੌਰ। ਕਹਿੰਦੇ ਰੱਬ ਰੁਸਜੇ ਤੇ ਵਿਚੋਲਾ ਹੈ ਗੁਰੂ, ਫਿਕਰ ਨਾ ਕਰਨਾ। ਵਿਚੋਲਾ ਬੜਾ ਡਾਢਾ ਹੈ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਪਰ ਜੇ ਗੁਰੂ ਰੁੱਸ ਗਿਆ, ਵਿਚੋਲਾ ਹੀ ਰੁੱਸ ਗਿਆ, ਫੇਰ ਕੁਛ ਨਹੀਂ ਬਣਨਾ ਪਿਆਰੇ। ਜੇ ਗੁਰੂ ਰੁੱਸ ਗਿਆ ਨਾ, ਧਰਤ ਅਸਮਾਨ ਨਾ ਝੱਲੇ, ਨਾ ਧਰਤੀ ਝੱਲੇ, ਨਾ ਅਸਮਾਨ ਝੱਲੇ। ਭਾਈ ਜੋਗੇ ਨੇ ਫੈਸਲਾ ਕਰ ਲਿਆ, ਦੁਨੀਆਂ ਦੀ ਕੋਈ ਪਰਵਾਹ ਨਹੀਂ, ਮਹਾਰਾਜ ਜੀ ਤੁਹਾਡੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਉਸੇ ਵੇਲੇ ਪੱਲਾ ਛਡਾਇਆ ਅਤੇ ਤੁਰ ਪਿਆ। ਮਿੱਤਰਾਂ ਨੇ ਕਿਹਾ, ਸੰਬੰਧੀਆਂ ਨੇ ਕਿਹਾ, ਦੋ ਮਿੰਟ ਦੀ ਗੱਲ ਹੈ ਭਾਈ ਜੋਗਿਆ ਇਹ ਕੀ ਕਰਦਾ। ਕਹਿੰਦਾ ਜੀ ਹੁਕਮ ਹੀ ਐਵੇਂ ਆ ਗਿਆ ਮੈਨੂੰ, ਹੁਕਮ ਹੈ ਗੁਰੂ ਦਾ ਪਹਿਲਾਂ, ਜੈ ਜੀ ਆ ਗਿਆ ਕਿੰਨੀ ਠਾਕੁਰ ਤਿਸ 'ਤੇ ਮੁੱਖ ਨਹੀਂ ਮੋੜਿਓ।
ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠੋ ਆਹੂ ਕੋ ਦੌੜਿਓ। ਦੌੜ ਪਿਆ ਅਨੰਦਪੁਰ ਸਾਹਿਬ ਨੂੰ, ਪਰ ਸਾਧਸੰਗ ਜੀਵ ਹੈ ਉਹੀ ਫਿਰ ਤਿਨੰਤਰ ਹਉਮੈ ਕੰਡਾ ਹੈ। ਹਉਮੈ ਦਾ ਕੰਡਾ ਮਨ ਵਿੱਚ ਸੂਖਮ ਜੀ ਵਿਚਾਰ ਆ ਗਈ ਵੀ ਮੇਰੇ ਵਰਗਾ ਸਿੱਖ ਨਹੀਂ ਕੋਈ ਹੋਣਾ ਮਹਾਰਾਜ ਜੀ ਦਾ, ਜਿਹੜਾ ਹੁਕਮ ਮੰਨ ਕੇ ਪੱਲਾ ਛਡਾ ਕੇ ਅਤੇ ਮਹਾਰਾਜ ਦਾ ਜਦੇ ਹੀ ਮਹਾਰਾਜ ਦੇ ਹੁਕਮ 'ਤੇ ਫੁੱਲ ਚੜ੍ਹਾ ਕੇ ਤੁਰ ਪਵੇ ਅਨੰਦਪੁਰ ਸਾਹਿਬ ਨੂੰ। ਜਦੋਂ ਇਹ ਖਿਆਲ ਆਇਆ ਨਾ, ਗੁਰੂ ਤਾਂ ਨਾਲ ਹੀ ਹੈ ਸਾਧ ਸੰਗਤ, ਗੁਰੂ ਨੇ ਕਿਤੋਂ ਆਉਣਾ ਜਾਣਾ ਥੋੜ੍ਹੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜੋਗਿਆ, ਤੈਂ ਹਿੰਮਤ ਤਾਂ ਬੜੀ ਕਰ ਲਈ ਸੀ, ਬਾਜੀ ਤਾਂ ਬੜੀ ਮਾਰੀ ਸੀ ਤੈਂ, ਪਰ ਹਉਮੈ ਦਾ ਕੰਡਾ ਕਿੱਥੋਂ ਆ ਗਿਆ? ਇਹ ਤਾਂ ਬਈ ਚੁਭੂਗਾ ਤੈਨੂੰ, ਇਹ ਤਾਂ ਜਮਾਂ ਦੇ ਡੰਡੇ ਤੇਰੇ ਸਿਰ 'ਚ ਪੈਣਗੇ ਜੇ ਤੇਰੇ ਅੰਦਰੋਂ ਨਾ ਕੱਢਿਆ ਸੀ ਹਉਮੈ ਕੰਡਾ। ਇਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸੇ ਡੰਡਾ ਹੈ। ਸਿੱਖ ਹੋਵੇ ਗੁਰੂ ਦਾ ਅਤੇ ਡੰਡੇ ਪੈਣ ਜਮਾਂ ਦੇ, ਇਹ ਗੱਲ ਥੋਬਦੀ ਨਹੀਂ। ਆਪ ਹੀ ਦੋਨੋਂ ਪਾਸੀ ਵਰਤਣ ਵਾਲੇ ਸੱਚੇ ਪਾਤਸ਼ਾਹ ਆਪ ਹੀ ਹੁਣ ਪ੍ਰੇਰਨਾ ਉਹਦੇ ਮਨ ਨੂੰ ਕਰ ਦਿੱਤੀ। ਹੁਸ਼ਿਆਰਪੁਰ ਜਾ ਕੇ ਭਟਕ ਗਿਆ ਅਤੇ ਭਟਕਣ 'ਤੇ ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ, ਭਾਈ ਜੋਗਿਆ ਕਿੱਧਰ, ਇਹ ਰਸਤਾ ਨਹੀਂ ਸਿੱਖਾਂ ਦਾ ਜਿੱਧਰ ਨੂੰ ਤੂੰ ਤੁਰਿਆ ਹੈ। ਤੇਰਾ ਸੋਹਣਾ ਪ੍ਰਕਾਸ਼ ਦਾੜਾ ਪੰਜੇ ਕਕਾਰ, ਲੱਗਦਾ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ। ਸਿੰਘ ਇਹੋ ਜਿਹੇ ਕੁਰਾਹੇ ਪੈਂਦੇ ਹੁੰਦੇ ਨੇ ਕਦੇ, ਕਿਹੜੀ ਅੱਗ ਵਿੱਚ ਗਿਰਨ ਲੱਗਿਆ। ਇੱਕ ਦਿਨ ਤ੍ਰਪਕ ਗਿਆ ਇਕਦਮ, ਪਿੱਛੇ ਮੁੜ ਆਇਆ, ਸਾਧ ਸੰਗਤ ਜਾਗ ਆ ਗਈ, ਹਲੂਣਾ ਦੇ ਦਿੱਤਾ ਗੁਰੂ ਮਹਾਰਾਜ ਨੇ। ਉੱਥੋਂ ਹੀ ਅਨੰਦਪੁਰ ਸਾਹਿਬ ਪਹੁੰਚਿਆ, ਮਹਾਰਾਜ ਦੇ ਚਰਨਾਂ ਵਿੱਚ ਬੈਠਾ ਜਾ ਕੇ। ਮਹਾਰਾਜ ਜੀ ਪੁੱਛਦੇ ਭਾਈ ਜੋਗਿਆ ਕਿਵੇਂ ਬੀਤੀ? ਮਹਾਰਾਜ ਜੀ ਬਸ ਹੁਕਮ ਹੋਣ ਦੀ ਦੇਰ ਸੀ, ਮੈਂ ਤਾਂ ਜਿਉਂ ਭੱਜਿਆ ਤੁਹਾਡੇ ਚਰਨਾਂ ਵਿੱਚ ਆ ਕੇ ਦਮ ਲਿਆ ਹੈ। ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਭਾਈ ਜੋਗਿਆ ਤੇਰੇ ਵਰਗਾ ਸਿੱਖ ਤਾਂ ਨਹੀਂ ਨਾ ਕੋਈ ਹੋਣਾ। ਉਹ ਹੁਣ ਹੋਰ ਖੁੱਲ੍ਹ ਗਿਆ ਵੀ ਸ਼ਾਇਦ ਮਹਾਰਾਜ ਜੀ ਨੂੰ ਮੇਰੀ ਕਰਤੂਤ ਦਾ ਪਤਾ ਨਹੀਂ। ਮਹਾਰਾਜ ਜੀ ਕਹੇ ਤੇਰੇ ਵਰਗਾ ਸਿੱਖ ਤਾਂ ਨਹੀਂ ਕੋਈ ਹੋਣਾ, ਅਤੇ ਨਾਲ ਹੀ ਮਹਾਰਾਜ ਜੀ ਉਂਘਣ ਲੱਗ ਗਏ, ਕੌਤਕ ਨੇ ਗੁਰੂ ਦੇ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ। ਉਂਘਦੇ ਨੇ ਮਹਾਰਾਜ ਜੀ, ਮਹਾਰਾਜ ਜੀ ਰਾਤ ਸੁੱਤੇ ਨਹੀਂ ਤੁਸੀਂ? ਮਹਾਰਾਜ ਜੀ ਨੇ ਇਹੀ ਤਾਂ ਕਹਾਉਣਾ ਸੀ। ਕਹਿੰਦੇ ਭਾਈ ਜੋਗਿਆ ਤੈਂ ਸੌਣ ਦਿੱਤਾ, ਸਾਰੀ ਰਾਤ ਤੇਰੀ ਖਾਤਰ ਅਸੀਂ ਦਰਵਾਜ਼ੇ 'ਤੇ ਪਹਿਰਾ ਦਿੰਦੇ ਰਹੇ, ਦਵੇਸਵਾ ਦੇ ਦਰਵਾਜ਼ੇ 'ਤੇ ਖੜ੍ਹੇ ਰਹੇ ਵੀ ਮੇਰਾ ਸਿੱਖ ਕਿਤੇ ਅੱਗ 'ਚ ਨਾ ਗਿਰ ਜੇ। ਜਦੋਂ ਇਹ ਕਿਹਾ ਭੁੱਬਾਂ ਮਾਰੀਆਂ, ਰੋਣ ਲੱਗ ਗਿਆ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓਗੇ? ਮੈਂ ਬਖਸ਼ਣ ਯੋਗ ਤਾਂ ਹਾਂ ਨਹੀਂ, ਪਰ ਮਹਾਰਾਜ ਤਾਂ ਸਦਾ ਹੀ ਬਖਸ਼ਿੰਦਾ ਹਨ। ਸੱਚੇ ਪਾਤਸ਼ਾਹ ਕਹਿੰਦੇ ਇੱਕ ਤੇਰਾ ਫਰਜ਼ ਸੀ, ਉਹ ਤੈਂ ਪੂਰਾ ਕੀਤਾ ਸੀ। ਤੇਰਾ ਫਰਜ਼ ਸੀ, ਤੂੰ ਹੁਕਮ ਮੰਨ ਕੇ ਪੱਲਾ ਚੜਾ ਕੇ ਤੁਰ ਪਿਆ ਸੀ ਅਨੰਦਪੁਰ ਸਾਹਿਬ ਨੂੰ। ਹੁਣ ਜੇ ਤੂੰ ਭੜ ਗਿਆ ਤਾਂ ਮੇਰਾ ਇੱਥੇ ਫਰਜ਼ ਹੈ ਤੈਨੂੰ ਅੱਗ ਤੋਂ ਬਚਾਉਣਾ ਅਤੇ ਪਹਿਰਾ ਦੇਣਾ, ਇਹ ਹੁਣ ਮੇਰੀ ਡਿਊਟੀ ਹੈ। ਜਿਹੜੇ ਹੁਕਮ ਮੰਨਣ ਸਿੱਖ ਮੇਰਾ ਉਹਨਾਂ ਦਾ ਮੈਂ ਪਹਿਰੇਦਾਰ ਹਾਂ। ਜਿਹੜੇ ਹੁਕਮ ਮੰਨਣ ਸਿੱਖ ਮੇਰਾ ਉਹਨਾਂ ਦਾ ਮੈਂ ਪਹਿਰੇਦਾਰ ਹਾਂ। Thank you.
ਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਵਾਰ ਪਰਵਾਰ ਚਾਰੇ ਬੱਚਿਆਂ ਕੁਹਾਏ ਦੇਵੇ ਦੇਸ਼ ਕੌਮ ਉੱਤੋਂ ਕੁਰਬਾਨ ਵਾਰ ਵਾਰ ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾ ਪੱਗ ਵਿੱਚੋਂ ਲਏ ਸਿੱਖ ਨੂੰ ਨਿਕਾਲ ਜੀ। ਭਾਵ ਗੁਰੂ ਜੋਗਾ ਬਣਿਆ ਤੇ ਤਾਂ ਗੁਰੂ ਜੋਗੇ ਦਾ ਬਣਿਆ। ਇੱਥੇ ਫਰੀਦ ਸਾਹਿਬ ਜੀ ਦਾ ਇਹ ਵੀ ਬਚਨ ਹੈ, ਫਰੀਦਾ ਆਪ ਸਵਾਰੇ ਮੈਂ ਮਿਲਿਆ ਤੋ ਕੋਈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ ਜੂਗਾ, ਤੇਰਾ ਹੋ ਜੂਗਾ ਸਭ ਜਗ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰਮੇਸ਼ੁਰ ਨੇ ਬਚਨ ਕੀਤੇ ਨੇ ਤੇ ਪਰ ਬਚਨ ਸਾਰੇ ਭੁੱਲੇ ਹੋਏ ਹਨ। ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ। ਪਹਿਲਾ ਬਚਨ ਜੇ ਤਾਂ ਹੈ ਯਾਦ ਫਿਰ ਤਾਂ ਦੂਸਰਾ ਕਰਾਈਏ, ਜੇ ਪਹਿਲਾਂ ਹੀ ਯਾਦ ਨਹੀਂ ਤੇ ਦੂਸਰੇ ਤੀਸਰੇ ਦੀ ਗੱਲ ਕੀ ਕਰਨੀ ਹੈ। ਪਹਿਲਾ ਬਚਨ ਸੀ ਗੁਰੂ ਵਾਲਾ ਬਣੀ, ਗੁਰੂ ਵਾਲਾ ਤੂੰ ਬਣਨਾ ਨਹੀਂ ਚਾਹੁੰਦਾ, ਬਾਕੀ ਗੱਲਾਂ ਕੀ ਕਰਨੀਆਂ ਨੇ। ਜੇ ਤੂੰ ਅੰਮ੍ਰਿਤ ਨਹੀਂ ਛਕਣਾ ਚਾਹੁੰਦਾ ਬਾਕੀ ਤਾਂ ਭਾਈ ਫਿਰ ਗੱਲਾਂ ਬਾਤਾਂ ਫਜ਼ੂਲ ਹੀ ਲੱਗਦੀਆਂ ਨੇ, ਕਿਉਂਕਿ ਜਿੰਨੀ ਦੇਰ ਅੰਮ੍ਰਿਤਧਾਰੀ ਨਹੀਂ ਹੁੰਦੇ ਗੁਰੂ ਵਾਲੇ ਨਹੀਂ ਬਣਦੇ, ਬਾਕੀ ਜਪ ਤਪ ਸੇਵਾ ਸਿਮਰਨ ਸਾਧਸੰਗ ਕਿਸੇ ਲੇਕੇ ਵਿੱਚ ਨਹੀਂ ਹੈ। ਨਿਗੁਰੇ ਪੁਰਸ਼ ਦੀ 100 ਸਾਲ ਦੀ ਤਪੱਸਿਆ ਦੇ ਨਾਲੋਂ ਗੁਰਮੁਖ ਦੀ ਇੱਕ ਘੜੀ ਦੀ ਸੰਗਤ, ਗੁਰਮੁਖ ਦੀ ਇੱਕ ਘੜੀ ਦੀ ਸੰਗਤ ਮਹਾਨ ਹੈ ਸਾਧਸੰਗਤ। ਏਕ ਪਲਕ ਸੁਖ ਸਾਧ ਸਮਾਗਮ ਕੋਟ ਵੈਕੁੰਠ ਪਾਏ, ਇੱਕ ਪਲਕ ਮਾਤਰ ਵੀ ਗੁਰਮੁਖ ਦੀ ਸੰਗਤ ਮਿਲ ਜਾਵੇ, ਗੁਰੂ ਵਾਲਾ ਬਣਿਆ ਹੋਵੇ ਜਿਹੜਾ, ਅਤੇ ਉਹਦੇ ਵਿੱਚ ਬੜਾ ਆਨੰਦ ਹੈ ਸਾਧ ਸੰਗਤ। ਇਸ ਕਰਕੇ ਇਹ ਜੇ ਆਪਾਂ ਭੁੱਲ ਗਏ ਫਿਰ ਮਹਾਰਾਜ ਜੀ ਯਾਦ ਕਰਾਉਂਦੇ ਨੇ, ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋਂ ਕਿਉਂ ਵਿਸਾਰੀ ਹੈ ਇਹ ਵਰਦਾਤਾ। ਅੱਧਾ ਅੱਧਾ ਬੋਲਿਓ ਭਾਈ। ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਿਸਾਰੇ, ਬੀਬੀਆਂ ਬੋਲੋ ਉਹਨੂੰ ਕਿਉਂ ਵਿਸਾਰੇ ਗਾਬਲਾ, ਉਹਨੂੰ ਕਿਉਂ ਵਿਸਾਰੇ ਗਾਬਲਾ, ਉਹਨੂੰ ਕਿਉਂ ਸਾਰੇ ਗਾਬਲਾ।
ਮੈਂ ਫਿਰ ਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਏ ਵਰਦਾਤਾ ਕਿੱਡਾ ਕੁ ਦਾਤਾ ਜੇ ਅਗਨ ਮਾਹੇ ਆਹਾਰ ਪਹੁੰਚਾਵੇ ਉੱਥੇ ਜਠਰਾ ਅਗਨ ਮਹਾਂ ਅਗਨ ਦੇ ਵਿੱਚ ਤੈਨੂੰ ਆਹਾਰ ਪਹੁੰਚਾਇਆ ਤੇਰੀ ਪਰਵਰਿਸ਼ ਕੀਤੀ ਜੇ ਅਗਨ ਮਾਹੇ ਆਹਾਰ ਪਹੁੰਚਾਵੇ ਫਿਰ ਉਸ ਨੂੰ ਕਿਹੋ ਪੋਹੇ ਨਾ ਥੱਕੀ ਤੈਨੂੰ ਕੋਈ ਉੱਥੇ ਆਂਚ ਨਹੀਂ ਲੱਗਣ ਦਿੱਤੀ ਜੇ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਸਾਰੇ ਵਿਸਾਰਨਾ ਨਹੀਂ ਜੇ ਗੁਰੂ ਚਰਨਾਂ ਵਿੱਚ ਆਇਆ ਇੰਨੀ ਸੋਝੀ ਲੈ ਕੇ ਅੱਜ ਜ਼ਰੂਰ ਜਾਇਓ ਆਪਾਂ ਵੀ ਉਹਦੇ ਨਾਮ ਨੂੰ ਕਦੇ ਵਿਸਾਰਨਾ ਨਹੀਂ ਅਰਦਾਸ ਕਰਿਆ ਕਰ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਵਿਸਰੇ ਨਾ ਮਹਾਰਾਜ ਜੀ ਕਿਸੇ ਵੇਲੇ ਨਾਮ ਦੇ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਭਿਖਾਰੀ ਬਣ ਕੇ ਆਉਣਾ ਤੂੰ ਤਾਂ ਦਾਤਾ ਬਣ ਕੇ ਆਉਣਾ ਮੈਂ ਜੀ ਇੰਨਾ ਦਾਨ ਕਰ ਦਿੱਤਾ ਭਿਖਾਰੀ ਬਣ ਜਾ ਜੇ ਕੁਛ ਪ੍ਰਾਪਤ ਕਰਨਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਹੋ ਮੰਗ ਤੇਰੂੰ ਮਿਲਦਾ ਨਾਮ ਸਦਾ ਰਹੋ ਰੰਗ ਰਾਤਾ ਕਿਰਪਾ ਕਰਨ ਸਤਸੰਗ ਸੋਝੀ ਆਵੇ ਆਪਾਂ ਨੂੰ ਅੱਜ ਇਹ ਗੁਰਮਤਿ ਦੇ ਸਮਾਗਮ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350ਵਾਂ ਅਵਤਾਰ ਦਿਹਾੜਾ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 10 ਦਿਨ ਹੋ ਗਏ ਅੱਜ ਪੂਰੇ ਬਹੁਤੇ ਪ੍ਰੇਮੀ ਹੋਣਗੇ ਭਾਗਾਂ ਵਾਲੇ ਜਿਨ੍ਹਾਂ ਨੇ 10 ਦੇ 10 ਦਿਨ ਹਾਜ਼ਰੀ ਭਰੀ ਗੁਰੂ ਦੀਆਂ ਖੁਸ਼ੀਆਂ ਲਈਆਂ ਜਿਹੜੇ ਅੱਜ ਪਹਿਲੇ ਦਿਨ ਹੀ ਆਏ ਨੇ ਚਲੋ ਕੋਈ ਗੱਲ ਨਹੀਂ ਮਹਾਰਾਜ ਜੀ ਤਾਂ ਇੱਥੇ ਸਮਰੱਥ ਨੇ ਹੋ ਸਕਦਾ 10 ਦਿਨਾਂ ਦੀ ਹਾਜ਼ਰੀ ਲਾ ਦੇਣ ਉਹਦੀ ਮੌਜ ਆ ਗੁਰੂ ਦੀ ਉਹਨੇ ਕੋਈ ਪੁੱਛਣਾ ਥੋੜ੍ਹੀ ਹੈ ਪੁੱਛ ਕੇ ਕੋਈ ਮਸਲਤ ਨਹੀਂ ਕਰਦਾ ਉਹ ਜੋ ਕਰਨਾ ਤੋ ਕਰ ਹੀ ਦੇਣਾ ਇਸ ਕਰਕੇ ਭਾਗਾਂ ਵਾਲੇ ਹੋ ਜਿਹੜੇ ਅੱਜ ਵੀ ਆਏ ਹੋ ਭਾਈ ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ 10 ਦਿਨ ਆਪਾਂ ਨੇ ਆਨੰਦ ਮਾਣਿਆ ਅਤੇ ਅੱਜ ਦਾ ਰਿਜ਼ਲਟ ਇਹੋ ਨਿਕਲਿਆ ਵੀ ਮਾਤਾ ਦੇ ਉਦਰ ਵਿੱਚ ਪਿਰਤ ਪਾਲਣਾ ਕਰਨ ਵਾਲਾ ਵਾਹਿਗੁਰੂ ਅਤੇ ਉਹਨੇ ਸਾਨੂੰ ਜਨਮ ਦਿੱਤਾ ਉਹਨੇ ਸਾਨੂੰ ਇਹ ਜੀਵਨ ਦਿੱਤਾ ਹੁਣ ਜੀਵਨ ਦੀ ਜਾਚ ਸਿੱਖਣੀ ਆ ਆਪਾਂ ਗੁਰੂ ਦੇ ਪਾਸੋਂ ਬਸ ਗੁਰੂ ਸਾਨੂੰ ਜੀਵਨ ਜਾਚ ਸਿਖਾਉਂਦਾ ਆਪਣਾ ਉਹਨੂੰ ਜਿਉਣਾ ਨਹੀਂ ਆਉਂਦਾ ਸਾਧ ਸੰਗਤ ਐਵੇਂ ਕੋਈ ਕਿੱਡਾ PhDਆਂ ਕਰੀ ਫਿਰੇ ਕਿੱਡੇ ਡਾਕਟਰੇਟ ਦੀਆਂ ਲਈ ਫਿਰੇ ਡਿਗਰੀਆਂ ਪਰ ਜਿਉਣਾ ਨਹੀਂ ਆਉਂਦਾ ਉਹਨੂੰ ਜਿਉਣਾ ਤਾਂ ਗੁਰਮਤਿ ਅਨੁਸਾਰ ਗੁਰੂ ਵਾਲਾ ਹੀ ਜਿਉਵੇਂਗਾ ਨਾ ਉਵੇਂ ਜਿਹੜਾ ਗੁਰੂ ਦੇ ਚਰਨੀ ਲੱਗਿਆ ਉਹਨੂੰ ਹੀ ਗੁਰਮਤਿ ਦੀ ਸੋਝੀ ਆਈ ਉਹਨੂੰ ਜੀਵਨ ਜਾਤ ਦਾ ਪਤਾ ਲੱਗਿਆ ਵੀ ਕਿਵੇਂ ਜੀਵਨ ਬਤੀਤ ਕਰਨਾ ਕਿਵੇਂ ਬੈਠਣਾ ਕਿਵੇਂ ਉੱਠਣਾ ਕਿਵੇਂ ਪੈਣਾ ਕਿਵੇਂ ਸੌਣਾ ਕਿਵੇਂ ਬੋਲਣਾ ਕਿਵੇਂ ਖਾਣਾ ਕਿਵੇਂ ਦੇਖਣਾ ਇਹ ਸਾਰਾ ਕੁਛ ਅਕਸਰ ਕੋਈ ਵਿਧੀ ਵਿਧਾਨ ਹੈ ਨਾ ਕੋਈ ਹੈ ਨਾ ਗੁਰਮਤਿ ਦਾ ਸੰਚਾ
ਉਹ ਸੰਚੇ ਵਿੱਚ ਢਾਲਣਾ ਪਵੇਗਾ। ਘੜੀ ਹੈ ਸ਼ਬਦ ਸੱਚੀ ਟਕਸਾਲ, ਗੁਰੂ ਨਾਨਕ ਦੀ ਸ਼ਬਦ ਦੀ ਟਕਸਾਲ ਵਿੱਚ ਘੜਨਾ ਪੈਣਾ ਆਪਣੇ ਆਪ ਨੂੰ। ਜਦੋਂ ਘੜਿਆ ਗਿਆ, ਇੱਕ ਪੱਥਰ ਹੁੰਦਾ ਹੈ, ਉਹਦਾ ਘੜ ਕੇ ਉਹਦਾ ਕਿਤਨਾ ਸੁੰਦਰ ਮੂਰਤੀ ਬਣਾ ਦਿੰਦਾ ਮੂਰਤੀਵਾਨ, ਉਹਨੂੰ ਭਗਵਾਨ ਬਣਾ ਦਿੰਦਾ ਹੈ। ਕਿਸੇ ਨੇ ਕਹਿ ਦਿੱਤਾ ਸੀ ਸ਼ਾਬਾਸ਼ ਸ਼ਾਬਾਸ਼ ਬੁੱਤੋ, ਤਰੱਕੀ ਇਸੇ ਕਹਤੇ ਹੈ, ਜਬ ਤਰਾਸ਼ਾ ਨਾ ਥਾ ਪੱਥਰ ਥੇ, ਆਪ ਤਰਾਸ਼ੇ ਗਏ ਤੋ ਭਗਵਾਨ ਬਣ ਬੈਠੇ। ਹੈ ਤਾਂ ਪੱਥਰ ਹੀ ਨਾ, ਪਰ ਹੁਣ ਤਾਂ ਭਗਵਾਨ ਬਣਾਤਾ ਤਰਾਸ਼ਣ ਵਾਲੇ ਨੇ, ਇਹਨੂੰ ਤਰੱਕੀ ਕਹਿੰਦੇ ਨੇ। ਯਾਨੀ ਕਹਿਣ ਦਾ ਭਾਵ, ਗੁਰੂ ਦੀ ਟਕਸਾਲ ਵਿੱਚ ਘਾੜਤ ਘੜਨੀ ਆਪਾਂ ਨੇ, ਫਿਰ ਆਪਣੀ ਘਾੜਤ ਘੜੀ ਭਾਈ ਜੋਗੇ ਵਾਂਗੂ ਪ੍ਰਵਾਨ ਪੈ ਜਾਵੇਗੀ, ਫਿਰ ਆਪਾਂ ਗੁਰੂ ਦੇ ਚਰਨਾਂ ਵਿੱਚ ਬਖਸ਼ਾਂ ਲੈ ਲਵਾਂਗੇ। ਬਖਸ਼ਾਂ ਲੈਣ ਵਾਸਤੇ ਹੀ ਆਉਂਦੇ ਹਾਂ ਭਾਈ ਇੱਥੇ। ਆਓ, ਕੱਲ੍ਹ ਨੂੰ ਵੈਸਾਖੀ ਹੈ, ਖਾਲਸੇ ਦਾ ਜਨਮ ਦਿਹਾੜਾ ਹੈ ਸਾਧ ਸੰਗਤ, ਖਾਲਸੇ ਦਾ ਜਨਮ ਹੋਇਆ ਵੈਸਾਖੀ ਵਾਲੇ ਦਿਨ। ਪਰ ਖਾਲਸੇ ਦਾ ਜਨਮ ਹੀ ਜਨਮ ਹੈ, ਕਿਉਂਕਿ ਜਨਮ ਤਾਂ ਲਿਖਿਆ ਨਹੀਂ। ਮਹਾਰਾਜ ਕਹਿੰਦੇ ਪ੍ਰਗਟੋ ਖਾਲਸਾ, ਜਿਹੜਾ ਪ੍ਰਗਟ ਹੋਇਆ ਉਹਦਾ ਜਨਮ ਨਹੀਂ, ਫਿਰ ਜਿਹੜਾ ਪ੍ਰਗਟ ਹੋਇਆ ਉਹਦੀ ਮੌਤ ਵੀ ਨਹੀਂ। ਖਾਲਸੇ ਦਾ ਜੇ ਜਨਮ ਨਹੀਂ ਤੇ ਇਹਦੀ ਮੌਤ ਵੀ ਨਹੀਂ, ਇਹ ਮਰੇਗਾ ਵੀ ਨਹੀਂ, ਇਹਦਾ ਅੰਤ ਵੀ ਨਹੀਂ ਹੋਏਗਾ। ਮਿਟਾਉਣ ਵਾਲੇ ਮਿਟ ਗਏ, ਇਹ ਨਾ ਮਿਟਿਆ। ਮੀਰ ਮੰਨੂ ਵਰਗਿਆਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ, ਔਰੰਗਜ਼ੇਬ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ, ਹੋਰ ਬੜਿਆਂ ਨੇ ਕੋਸ਼ਿਸ਼ ਕੀਤੀ ਵੀ ਖਾਲਸੇ ਨੂੰ ਮਿਟਾ ਦਈਏ। ਮਹਾਰਾਜ ਜੀ ਕਹਿੰਦੇ ਖਾਲਸਾ ਤਾਂ ਮਿਟ ਕਿਵੇਂ ਜਾਏਗਾ, ਇਹ ਤਾਂ ਅਕਾਲ ਪੁਰਖੀ ਫੌਜ ਹੈ। ਖਾਲਸਾ ਅਕਾਲ ਪੁਰਖੀ ਫੌਜ, ਪ੍ਰਗਟੋ ਖਾਲਸਾ ਪਰਮਾਤਮਾ ਕੀ ਮੌਜ, ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ, ਇਹਨੂੰ ਕੌਣ ਮਿਟਾ ਦੇਗਾ। ਇਹ ਮੀਰ ਮੰਨੂ ਵਰਗੇ ਨਾ ਮਿਟਾ ਸਕੇ, ਇਹਨੂੰ ਕਿਹਨੇ ਮਿਟਾਉਣਾ ਬਈ। ਇਹ ਤਾਂ ਸਦਾ ਚੜ੍ਹਦੀ ਕਲਾ ਵਿੱਚ ਹੀ ਰਹੇਗਾ, ਇਹਦਾ ਤਾਂ ਬੁਲੰਦੀਆਂ ਨੂੰ ਛੋਹੇਗਾ, ਇਹਦੀਆਂ ਤਾਂ ਗੁੰਜਾਂ ਪੈਂਦੀਆਂ ਹੀ ਰਹਿਣਗੀਆਂ ਭਾਈ ਪੰਥ ਦੀਆਂ। ਕਦੇ ਇਹਨਾਂ ਦੀਆਂ ਗੁੰਜਾਂ ਨੂੰ ਕੋਈ ਨੀਵਾਂ ਨਹੀਂ ਕਰ ਸਕਦਾ, ਕਿਉਂਕਿ ਗੁਰੂ ਬਖਸ਼ਿਸ਼ ਕਰਕੇ, ਗੁਰੂ ਨੇ ਮਹਾਰਾਜ ਜੀ ਨੇ ਕਿਰਪਾ ਕਰਕੇ ਨਿਆਰੇ ਢੰਗ ਨਾਲ ਪੰਥ ਦੀ ਸਿਰਜਣਾ ਕੀਤੀ ਹੈ। ਇਸ ਕਰਕੇ ਨਿਆਰੇ ਢੰਗ ਨਾਲ ਜਿਹੜਾ ਪੰਥ ਸਜਿਆ ਕਲਗੀਧਰ ਪਾਤਸ਼ਾਹ ਦੁਆਰਾ, ਉਹਦੇ ਵੀ ਆਪਾਂ ਹਿੱਸੇਦਾਰ ਬਣ ਜਾਈਏ, ਗੁਰੂ ਕੇ ਸਿੰਘ ਸਾਜੀਏ, ਖੰਡੇ ਬੱਠ ਦਾ ਅੰਮ੍ਰਿਤ ਛੱਕ ਲਈਏ, ਫਿਰ ਆਪਣਾ ਇਹ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹਿਲਾ ਹੋ ਜਾਏਗਾ। ਆਓ ਜੀ ਸਮਾਪਤੀ ਕਰੀਏ, ਪਹਿਲਾਂ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਗੁਰੂ ਸਤੋਤਰ ਪੜ੍ਹਿਆ ਜਾਵੇਗਾ, ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਹੋਵੇਗੀ, ਫਿਰ ਹੁਕਮਨਾਮਾ ਹੋਵੇਗਾ, ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਨੂੰ ਨਿੱਘੀ ਵਧਾਏਗੀ। ਪਹਿਲਾਂ ਜੋ ਵੀ ਸਰੋਪਾ ਵਗੈਰਾ ਉਹ ਦੇਣ ਤੋਂ ਬਾਅਦ, ਮਹਾਰਾਜ ਨੂੰ ਵਧਾਏਗੀ ਦੇਣ ਤੋਂ ਬਾਅਦ, ਫਿਰ ਆਪਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਾਅਦ ਵਿੱਚ ਵਰਤੇਗੀ, ਅਤੇ ਲੰਗਰ ਵੀ ਵਰਤੇਗਾ। ਗੁਰੂ ਕਾ ਲੰਗਰ ਵੀ ਛੱਕ ਕੇ ਜਾਣਾ ਭਾਈ, ਪਿਆਰ ਦੇ ਨਾਲ ਸੰਗਤ ਬਹੁਤ ਹੈ, ਕੋਈ ਹਫੜਾ ਦਫੜੀ ਨਹੀਂ ਕਰਨੀ, ਡਿਸਿਪਲਿਨ ਦਿਖਾਉਣਾ, ਇੱਥੇ ਸਿੱਖਣਾ ਹੀ ਇਹੀ ਕੁਛ ਹੈ ਆਪਾਂ। ਗੁਰੂ ਤੋਂ ਸਿੱਖਣਾ ਹੀ ਇਹੀ ਹੈ ਵੀ ਧੀਰਜ ਨਾਲ, ਸਹਿਜ ਨਾਲ ਜੋ ਵੀ ਕਾਰਜ ਕਰੀਏ ਉਹਦੇ ਵਿੱਚ ਆਨੰਦ ਬੜਾ ਹੈ ਸਾਧ ਸੰਗਤ। ਹਫੜਾ ਦਫੜੀ ਵਿੱਚ ਤਾਂ ਖੱਪ ਖਾਣਾ ਹੀ ਹੁੰਦਾ, ਹੋਰ ਕੀ ਹੁੰਦਾ ਹੈ। ਕਿਰਪਾ ਕਰਨ ਇਸੇ ਤਰ੍ਹਾਂ ਫਿਰ ਵੀ ਸਮਾਂ ਬਣੇ, ਨਦੀ ਨਾਲ ਸੰਜੋਗੀ ਮੇਲੇ, ਫਿਰ ਵੀ ਆਪਾਂ ਕਿਤੇ ਇਸੇ ਤਰ੍ਹਾਂ ਐਸੇ ਜਗ੍ਹਾ ਬੈਠ ਕੇ, ਸੰਗਤ ਦੀ ਕਿਰਪਾ ਹੈ, ਪ੍ਰਬੰਧਕਾਂ ਦੀ, ਪ੍ਰਬੰਧਕਾਂ ਦਾ ਵੀ ਧੰਨਵਾਦ, ਪਾਲੀ ਜੀ ਦਾ ਧੰਨਵਾਦ, ਸਰਦਾਰ ਮਲਕੀਤ ਸਿੰਘ, ਹੋਰ ਸਾਰੇ ਕਿਹਨਾਂ ਕਿਹਨਾਂ ਦਾ ਨਾਂ ਲਈਏ ਆਪਾਂ, ਸਾਰੇ ਪ੍ਰਬੰਧਕ ਇੱਕ ਦੂਜੇ ਤੋਂ ਵੱਧ ਹਨ।
ਸਾਰੇ ਇੱਕ ਦੂਜੇ ਤੋਂ ਵੱਧ ਸੇਵਾ ਕਰ ਰਹੇ ਨੇ। ਸੰਗਤਾਂ ਵੀ ਤੁਹਾਡਾ ਵੀ ਧੰਨਵਾਦ, ਸਾਧ ਸੰਗਤ ਜਿਨ੍ਹਾਂ ਨੇ ਆਨੰਦ ਮਾਣਿਆ 10 ਦਿਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ, ਕੋਟਾਨ ਕੋਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਪਾਂ ਨੇ 10 ਦਿਨ ਆਨੰਦ ਮਾਣਿਆ। ਇਸ ਕਰਕੇ ਬਖਸ਼ਾ ਕਰਨ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਇਹ ਜੋੜ ਮੇਲੇ ਹੁੰਦੇ ਰਹਿਣ, ਇਸ ਤਰ੍ਹਾਂ ਆਪਾਂ ਆਨੰਦ ਮਾਣਦੇ ਰਹੀਏ, ਫਿਰ ਆਪਣਾ ਜਨਮ ਸਫਲਾ, ਇਹ ਲੋਕ ਸੁਖੀ ਅਤੇ ਪਰਲੋਕ ਸਹੇਲਾ ਹੋ ਜਾਵੇਗਾ। ਆਓ ਹਾਂ, ਇੱਕ ਸਿਆਲ ਗੁਰਦੁਆਰਾ ਜਾਣੀ ਇੱਥੇ ਅਸਥਾਨ ਹੈ ਜਿਹੜਾ ਜਮੁਨਾ ਪਾਰ ਇੱਧਰ, ਅਤੇ ਉੱਥੇ ਸਾਧ ਸੰਗਤ 10 ਮਈ ਦੀ ਪੂਰਨਮਾਸ਼ੀ ਹੈ, ਅਤੇ 10 ਮਈ ਦਾ ਦੀਵਾਨ ਹੋਵੇਗਾ, ਰਾਤ ਦਾ ਸਮਾਂ ਇਹੀ ਹੋਏਗਾ। ਤਾਂ ਦੱਸਿਆ ਬੇਅੰਤ ਸੰਗਤ ਉੱਥੋਂ ਵੀ ਆਉਂਦੀ ਹੈ, ਉਹਨਾਂ ਦੇ ਵੀ ਸ਼ਰਧਾਲੂ ਹਨ ਸਾਰੇ ਪ੍ਰੇਮੀ ਕਲੇਰਾਂ ਵਾਲਿਆਂ ਦੇ, ਮਹਾਂਪੁਰਸ਼ਾਂ ਦੇ। ਅਤੇ ਉੱਥੇ ਇਸੇ ਤਰ੍ਹਾਂ ਗੁਰੂ ਜਿਵੇਂ ਬੁਲਾਵੇਗਾ, ਗੁਰਮਤਿ ਦੀਆਂ ਵਿਚਾਰਾਂ ਆਪਾਂ ਕਰਾਂਗੇ 10 ਮਈ ਨੂੰ ਰਾਤ ਦਾ ਸਮਾਂ। ਹਾਂ, ਮਾਇਆਪੁਰੀ 3 ਜੂਨ ਦਾ ਦੀਵਾਨ, ਮਾਇਆਪੁਰੀ ਸਾਧ ਸੰਗ ਪਿੱਛੇ ਕਰਕੇ ਆਇਆ ਸੀ, ਆ ਜਦੋਂ ਦੀਵਾਨ ਸ਼ੁਰੂ ਹੋਏ ਨੇ 3 ਤਰੀਕ ਦਾ ਸੀ, ਅਤੇ 3 ਹੁਣ ਜੂਨ ਦਾ ਦੀਵਾਨ ਹੈ, 3 ਜੂਨ, ਉਹ ਵੀ ਸ਼ਨਿਚਰਵਾਰ ਦਿਨ ਹੋਵੇਗਾ ਮਾਇਆਪੁਰੀ। ਪਤਾ ਹੀ ਆਪ ਨੂੰ, ਹਰ ਮਹੀਨੇ ਅੱਗੇ ਦੀਵਾਨ ਲੱਗਦੇ ਰਹੇ, ਹੁਣ 1 ਮਹੀਨਾ ਛੱਡ ਕੇ ਦੀਵਾਨ ਲੱਗਦਾ ਉੱਥੇ। ਤੋ 3 ਜੂਨ ਦਾ ਯਾਦ ਰੱਖਣਾ ਅਤੇ 10 ਮਈ ਦਾ ਯਾਦ ਰੱਖਣਾ। ਆਓ ਹੁਣ ਸਾਰੇ ਆਨੰਦ ਸਾਹਿਬ ਦਾ ਪਾਠ ਕਰੋ ਜੀ। ਰਾਮ ਕਰੀ ਮਹਲਾ ਤੀਜਾ। ਆਨੰਦ ਕੋ ਉਤਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸ਼ਬਦ ਤੰਗਾ ਹਰੀ ਤੇਰਾ ਮਨ ਜਿਨੇ ਵਸਾਇਆ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਸੁੱਖਾਂ ਸਭ ਗਵਾਈਆਂ, ਕਰੋ ਪਿਆਰੋ ਸਾਚਾ, ਪੰਚ ਦੂਤ ਤੁਲਵਤ ਕੀਤੇ ਕਾਰ ਕਟਕ ਮਾਰਿਆ, ਪੰਚ ਤੁਲੰਗੜ ਭਾ
ਤਿਆਗੀ ਹੋ ਸਗਲ ਮਨੋਰਥ ਪੂਰੇ। ਸੰਤ ਸਾਜਨ ਪਏ ਸਾਤੇ ਪੂਰੇ ਗੁਰੇ ਜਾਣੇ। ਮਾਤਾ ਧਰਤ ਮਹੱਤ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਸਾਰੀਆਂ ਬੀਬੀਆਂ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। Thank you.
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।